ਗੁਰੂ ਰੂਪ ਪਿਆਰੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਆਪਣਾ ਮਾਰਗ ਦਰਸ਼ਨ ਕਰਦੇ ਨੇ, ਆਪਾਂ ਨੂੰ ਭੁੱਲਿਆਂ ਨੂੰ ਸਮਝਾ ਰਹੇ ਨੇ ਕਿ ਆਪਾਂ ਕੌਣ ਹਾਂ, ਕਿੱਥੋਂ ਆਏ ਹਾਂ। ਅਸਲੀ ਸਾਡਾ ਜੋ ਮਾਤਾ ਪਿਤਾ ਹੈ, ਜਿਸ ਨੇ ਸਾਡੇ ਮਨ ਨੂੰ ਪੈਦਾ ਕੀਤਾ ਹੈ, ਉਹ ਕਿਸ ਤਰ੍ਹਾਂ ਦਾ ਹੈ ਅਤੇ ਉਹਨੂੰ ਕਿਵੇਂ ਮਿਲਿਆ ਜਾ ਸਕਦਾ ਹੈ, ਅਤੇ ਉਹਦੇ ਨਾਲੋਂ ਆਪਾਂ ਕਿਵੇਂ ਵਿਛੜੇ ਹਾਂ, ਜਾਂ ਉਹਨੇ ਆਪਾਂ ਨੂੰ ਪੈਦਾ ਕਰਕੇ ਆਪਣੇ ਨਾਲੋਂ ਕਿਵੇਂ ਵਿਛੋੜਿਆ ਹੈ। ਇਹ ਸੰਸਾਰ ਰੂਪੀ ਖੇਲ ਰੱਜ ਕੇ ਸਾਨੂੰ ਇੱਥੇ ਖਿਡਾਰੀ ਬਣਾ ਕੇ ਭੇਜਿਆ ਹੈ, ਔਰ ਇਹ ਵੀ ਦੱਸਿਆ ਹੈ ਕਿ ਇੱਥੇ ਜੋ ਵੀ ਰਿਸ਼ਤੇਦਾਰੀਆਂ ਹਨ, ਜੇ ਤਾਂ ਗੁਰਮੁਖ ਨੇ ਸਾਰੇ ਫਿਰ ਤਾਂ ਹੈ, ਜੇ ਨਹੀਂ ਤਾਂ ਹੈ, ਫਿਰ ਕਿਸੇ ਨੇ ਸਾਥ ਨਹੀਂ ਦੇਣਾ। ਅੰਤਮ ਸਮੇਂ ਕਿਸੇ ਨੇ ਸਾਡੇ ਨਾਲ ਖੜੇ ਹੋ ਕੇ ਖੜਨਾ ਨਹੀਂ। ਇਹ ਸਾਰੇ ਦਾ ਸਾਰਾ ਗਿਆਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਦਰਜ ਹੈ। ਆਪਾਂ ਹੁਣ ਗਿਆਨ ਪੜ੍ਹ ਕੇ ਮਹਾਰਾਜ ਦੀ ਬਾਣੀ ਗੁਰੂ ਤੋਂ ਗਿਆਨ ਲੈ ਕੇ ਉਹਨੂੰ ਸਮਝ ਕੇ ਪ੍ਰੈਕਟੀਕਲ ਕਰਕੇ ਸੱਚੀ ਮੁੱਚੀ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦੇਖਣਾ ਹੈ, ਸੱਚੀ ਮੁੱਚੀ ਅਸੀਂ ਉਸ ਦੀ ਆਵਾਜ਼ ਸੁਣਨੀ ਹੈ, ਸੱਚੀ ਮੁੱਚੀ ਉਸ ਨਾਲ ਗੱਲਾਂ ਕਰਨੀਆਂ ਨੇ। ਇਹ ਆ ਗੁਰਬਾਣੀ 'ਚ ਦੱਸਿਆ ਵੀ ਤੁਹਾਨੂੰ ਮਨੁੱਖ ਜਾਮਾ ਮਿਲਿਆ ਹੀ ਇਸ ਕੰਮ ਲਈ ਹੈ। ਆਪਾਂ ਕੀ ਕਰ ਰਹੇ ਹਾਂ ਅਤੇ ਕੀ ਵਾਸਤੇ ਮਿਲਿਆ ਸੀ? ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਫਿਰ ਇਹ ਵੀ ਦੱਸਿਆ ਗਿਆ, ਕਹਿੰਦੇ 84 ਲੱਖ ਜੂਨ ਬਣਾਈ ਹੈ, ਉਹਦੇ ਵਿੱਚੋਂ ਮਨੁੱਖ ਜਾਮੇ ਨੂੰ ਵਡਿਆਈ ਦਿੱਤੀ ਹੈ। 84 ਲੱਖ ਜੂਨ ਸੁਭਾਈ ਮਾਨਸ ਕੋ ਪ੍ਰਭ ਦੀ ਵਡਿਆਈ, ਮਾਨਸ ਜਾਮੇ ਨੂੰ ਇਹ ਵਿੱਚ ਸਾਡੇ ਮਨ ਨੂੰ ਵਡਿਆਈ ਦਿੱਤੀ ਗਈ ਹੈ ਵੀ ਇਹਦੇ ਵਿੱਚ ਗਿਆਨ ਜ਼ਿਆਦਾ ਦਿੱਤਾ ਗਿਆ ਹੈ, ਇਹਦੇ ਵਿੱਚ ਸਾਡਾ ਮਨ ਆਪਣੇ ਮੂਲ ਨੂੰ, ਆਪਦੇ ਮਾਤਾ ਪਿਤਾ ਨੂੰ, ਸੱਚ ਨੂੰ ਮਿਲ ਸਕਦਾ ਹੈ। ਸਾਡੇ ਮਨ ਦਾ ਜੋ ਮੂਲ ਹੈ ਅਕਾਲ ਪੁਰਖ ਹੈ, ਅਤੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਾਂ ਸੱਚ ਕਹਿੰਦੇ ਹਾਂ, ਕਿਉਂਕਿ ਉਹ ਸਦਾ ਰਹਿਣ ਵਾਲਾ ਹੈ, ਉਹ ਆਦਿ ਸੱਚ ਹੈ, ਉਹ ਜਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਹੁਣ ਮਹਾਰਾਜ ਗੁਰਬਾਣੀ ਦੇ ਵਿੱਚ ਦੱਸਦੇ ਨੇ ਕਿ ਉਹ ਮਾਲਕ ਆਪਾਂ ਨੂੰ ਸਾਰਿਆਂ ਨੂੰ ਆਪਦੀ ਨਿਗਾਹ ਦੇ ਵਿੱਚ ਰੱਖਦਾ। ਜਿਵੇਂ ਬਾਹਰੀ ਤੌਰ 'ਤੇ ਮਾਂ ਪਿਓ ਆਪਣੇ ਬੱਚਿਆਂ ਨੂੰ ਆਪਦੀ ਨਿਗਾਹ 'ਚ ਰੱਖਦੇ ਨੇ, ਆਪਦੀ ਦ੍ਰਿਸ਼ਟੀ 'ਚ ਰੱਖਦੇ ਨੇ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਨੂੰ, ਸਾਰੀ ਸ੍ਰਿਸ਼ਟੀ ਦੇ ਵਿੱਚ ਆਪਾਂ ਵੀ ਆ ਗਏ, ਮਨੁੱਖ ਜਾਮੇ ਵਾਲੇ ਵੀ ਆ ਗਏ, ਹੋਰ ਜੀਵ ਜੰਤੂ ਵੀ ਆ ਗਏ, ਔਰ ਪਾਣੀ ਵਾਲੇ ਵੀ ਆ ਗਏ, ਸਾਰੇ ਆ ਗਏ, ਪਤਾਲ ਵਾਲੇ ਵੀ ਆ ਗਏ, ਮਿੱਟੀ ਵਾਲੇ ਵੀ ਆ ਗਏ, ਇਹ ਸਾਰਿਆਂ ਦਾ ਮਾਲਕ ਇੱਕੋ ਹੀ ਆ ਅਤੇ ਉਹ ਸਾਰਿਆਂ ਨੂੰ ਆਪਣੀ ਨਿਗਾਹ 'ਚ ਰੱਖਦਾ। ਮਹਾਰਾਜ ਗੁਰਬਾਣੀ ਦੇ ਵਿੱਚ ਆਪਾਂ ਨੂੰ ਦੱਸਦੇ ਨੇ, ਕਹਿੰਦੇ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ, ਜਿੰਨੀ ਵੀ ਸ੍ਰਿਸ਼ਟੀ ਕੀਤੀ ਹੈ ਸਾਰਿਆਂ ਨੂੰ ਆਪਣੀ ਨਦਰਾਂ 'ਚ ਰੱਖਦਾ ਮਾਲਕ, ਉਹਦੇ ਤੋਂ ਕੋਈ ਓਹਲਾ ਨਹੀਂ, ਕੋਈ ਪਰਦਾ ਨਹੀਂ, ਅਤੇ ਉਹ ਸਾਨੂੰ ਸਾਰਿਆਂ ਨੂੰ ਦੇਖ ਰਿਹਾ ਹੈ, ਉਹ ਸਾਨੂੰ ਸਾਰਿਆਂ ਨੂੰ ਦੇਖ ਰਿਹਾ ਹੈ। ਕਿਵੇਂ ਦੇਖ ਰਿਹਾ? ਕਿਉਂਕਿ ਉਹ ਸਾਹ ਦੇ ਰਿਹਾ ਹੈ ਆਪਾਂ ਨੂੰ, ਸਾਰਿਆਂ ਨੂੰ ਮਾਲਕ 84 ਲੱਖ ਜੂਨ ਨੂੰ ਸਾਹ ਦੇ ਰਿਹਾ, ਜਿਹੜਾ ਉਹ ਮਾਲਕ ਹੈ, ਅਤੇ ਸਾਹ ਦੇ ਕੇ ਦੇਖਦਾ ਹੈ। ਮਹਾਰਾਜ ਕੀ ਕਹਿੰਦੇ ਗੁਰਬਾਣੀ ਵਿੱਚ? ਕਹਿੰਦੇ ਆਪੇ ਕਰਤਾ ਕਰ ਕਰ ਵੇਖੈ, ਦਿੰਦਾ ਸਾਸ ਗਰਾਹਾ ਹੈ। ਉਹ ਸਾਰੀ ਸ੍ਰਿਸ਼ਟੀ ਨੂੰ ਕਰਕੇ ਆਪਾਂ ਨੂੰ ਸਾਜ ਕੇ, ਆਪਾਂ ਨੂੰ ਸਾਹ ਦੇ ਕੇ ਦੇਖਦਾ। ਕਿਉਂ ਦੇਖਦਾ? ਇਸ ਲਈ ਦੇਖਦਾ ਕਿ ਮਨ ਬੱਚਾ ਮੇਰੇ ਤੋਂ ਪੈਸੇ ਲੈ ਕੇ ਕਿੱਥੇ ਖਰਚ ਕਰਦਾ। ਪੈਸੇ ਕਿਹੜੇ ਨੇ? ਸਵਾਸ। ਅਤੇ ਉਹ ਸਵਾਸ ਜਿਹੜੀਆਂ ਸਾਡੇ ਅੰਦਰ ਹੱਟਾਂ ਲਾਈਆਂ ਨੇ, ਕਾਇਆ ਕੋਟ ਅਪਾਰ ਹੈ ਅੰਤਰ ਹੱਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ। ਜਿਹੜੀਆਂ ਸਾਡੀ ਕਾਇਆਂ ਦੇ ਅੰਦਰ ਹੱਟ ਲੱਗੀਆਂ ਨੇ, ਰਜੋ ਗੁਣ ਹੱਟ, ਤਮੋ ਗੁਣ ਹੱਟ, ਹਾਂਜੀ ਸਤੋ ਗੁਣ ਹੱਟ ਅਤੇ ਮੋਖ ਦਾ ਹੱਟ, ਮੋਖ ਦੇ ਹੱਟ ਦੇ ਉੱਤੇ ਸਵਾਸ ਜਮ੍ਹਾਂ ਹੁੰਦੇ ਨੇ,
बैंक दे विच बकाया जमा हुंदा, बैलेंस वधदा, ते बाकी तिन्ना हटां दे उत्ते सवास खर्च हुंदे ने, ते मालक सवास दे के दिखदा भी ये सवास हुण मेरा बच्चा कित्थे खर्च करदा। उन्दे तो कोई ओला नहीं, जे उन्दे तो कोई ओला नहीं तां ही महाराज ने कहा घट घट के अंतर की जानत भले बुरे की पीर पछाण, क्योंकि उन्दा कोई रूप रंग नहीं है। इस रूप ना रेख ना रूप ना रेख ना रंग के छित्रै गुण ते प्रभ भिन्न तिसे बजाए नानका जे सोवे। असी उन्दे विच तां खड़े हाँ जो साढ़े अंग संग आ, पर दिसदा नहीं। क्यों नहीं दिसदा? क्योंकि असी उन्हूं देखण वाली अख नहीं बनाई, असी उसनूं देखण वाली अख नहीं बनाई। अख बनाउणी निगाह बनाउणी, निगाह बनाउणी दृष्टि बनाउणी, दृष्टि अख निगाह इक्को ही गल। मैं इत्थे तुहानूं इक गल दसदा, कई बारी कोई पुरानियां बीबियां आउंदियां ने जिवें उह बाबियां कोले जांदियां ने ते उह कहिंदियां बाबा जी साडे घरे निगाह मारो निगाह मारो। उह मल कहिंदा वी तुसीं देखो वी है कुछ गड़बड़ तां नहीं कुछ हैगी है ना, ते इधर कहिंदे वी तुसीं मालक नूं देखण वाली निगाह बनाओ, अकाल पुरख वाहिगुरु जी नूं देखण वाली अपनी दृष्टि बनाओ, फिर वो दृष्टि दे विच पावर होएगी। की होएगी? पावर, बल होएगा, शक्ति होएगी। फिर वो शक्ति दे अगे आम जिहड़ियां काल दियां ने वो अगे खड़नगियां ने। अगे मैं एक बारी दस्या सी तुहानूं, दोबारा मैं रिपीट कर दिंदा, दुनिया दे उत्ते ध्यान लोग बहुत करदे ने। कोई किसे लई ध्यान करदा है, मैडिटेशन करदा है, कोई किसे लई करदा है। इत्थे गुरु सर कौंके गुरमत मैडिटेशन ते इत्थे जे ध्यान कराया जांदा सिर्फ एक दा कराया जांदा, सिर्फ एक दा। ध्यान धरो तै को मन में जह को अमतोज सभे जग छायो। कहिंदे ध्यान गुरु महाराज कहिंदे उहदा धरो जिहड़ा सारी दुनिया ते छाया है, ते उह रब ही छाया, अकाल पुरख ही छाया, दूसरा कोई छा नहीं सकदा। ਆਪਾਂ ਉਹਦਾ ਧਿਆਨ ਧਰਦੇ ਹਾਂ, ਜੇ ਉਹਨੂੰ ਦੇਖਾਂਗੇ ਤਾਂ ਧਿਆਨ ਆਊਗਾ। ਅਤੇ ਦੂਸਰਾ ਰੋਜ਼ ਧਰਦੇ ਹਾਂ, ਜੇ ਤੁਮਰੇ ਧਿਆਨ ਕੋ ਨਿਤੁਰ ਧਿਆ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ। ਕਈ ਕਹਿੰਦੇ ਜੀ ਧਿਆਨ ਨਹੀਂ ਲਾਉਣਾ ਤੁਸੀਂ ਬਾਣੀ ਪੜ੍ਹੋ, ਅਤੇ ਮੈਂ ਬਾਣੀ ਵੀ ਧਿਆਨ ਨਾਲ ਪੜ੍ਹੋ, ਜ਼ੋਰ ਨਾਲ ਨਾ ਪੜ੍ਹੋ, ਸੁਰਤੀ ਨਾਲ ਪੜ੍ਹੋ, ਹੈ ਨਹੀਂ। ਅਤੇ ਧਿਆਨ ਦੁਆਰਾ ਆਪਾਂ ਕਹਿੰਦੇ ਬੱਚਿਆਂ ਨੂੰ ਕਹਿੰਦੇ ਪੁੱਤ ਧਿਆਨ ਨਾਲ ਪੜ੍ਹ ਲਓ, ਪੇਪਰ ਔਖੇ ਆ, ਬੋਰਡ ਦੇ ਪੇਪਰ ਆ, ਪਾਸ ਹੋਣਾ, ਧਿਆਨ ਨਾਲ ਪੜ੍ਹ ਲਓ। ਧਿਆਨ ਨਾਲ ਪੜ੍ਹੂਗਾ ਫਿਰ ਹੀ ਪਾਸ ਹੋਏਗਾ ਨਾ। ਮਤਲਬ ਕਿ ਜੋ ਧਿਆਨ ਹੈ ਇਹ ਧਿਆਨ ਕਿੱਥੋਂ ਸ਼ੁਰੂ ਹੁੰਦਾ ਹੈ? ਧਿਆਨ ਸ਼ੁਰੂ ਹੁੰਦਾ ਸਾਡੇ ਨੇਤਰਾਂ ਤੋਂ। ਕਿੱਥੋਂ ਸ਼ੁਰੂ ਹੁੰਦਾ ਹੈ? ਸਾਡੀਆਂ ਅੱਖਾਂ ਤੋਂ। ਅਤੇ ਧਿਆਨ ਉਦੋਂ ਬਣਦਾ ਜਦੋਂ ਅਸੀਂ ਦੋਨਾਂ ਨੇਤਰਾਂ ਤੋਂ ਇੱਕ ਨੇਤਰ ਬਣਾ ਲੈਂਦੇ ਹਾਂ। ਧਿਆਨ ਕਦੋਂ ਸ਼ੁਰੂ ਹੁੰਦਾ? ਮਾਲਕ ਨੂੰ ਦੇਖਣ ਵਾਲਾ ਜਿਹੜਾ ਧਿਆਨ ਆ ਉਹ ਸ਼ੁਰੂ ਹੁੰਦਾ ਹੈ ਜਦੋਂ ਅਸੀਂ ਦੋਨਾਂ ਨੇਤਰਾਂ ਤੋਂ ਇੱਕ ਅੱਖ ਬਣਾ ਲਾਂਗੇ, ਫਿਰ ਉਹ ਧਿਆਨ ਮਾਲਕ ਦਾ ਉਹ ਬਣਦਾ। ਆਮ ਤਾਂਤਰਿਕ ਵੀ ਧਿਆਨ ਬਣਾਉਂਦਾ, ਤਾਂਤਰਿਕ ਸਮਝਦੇ ਨਾ, ਉਹ ਨੁਕਸਾਨ ਕਰਦਾ, ਉਹਦਾ ਧਿਆਨ ਕੀ ਕਰਦਾ? ਨੁਕਸਾਨ। ਅਤੇ ਗੁਰਮੁਖਾਂ ਦਾ, ਗੁਰੂ ਸਾਹਿਬਾਨ ਜੀ ਦਾ, ਜਾਂ ਗੁਰਬਾਣੀ ਗੁਰੂ ਦੇ ਮੁਤਾਬਕ ਗੁਰੂ ਮਹਾਰਾਜ ਦੇ ਆਖੇ ਲਾ ਕੇ ਜਿਹੜੇ ਗੁਰਮੁਖ ਪ੍ਰੈਕਟੀਕਲ ਕਰਦੇ ਨੇ, ਸ਼ੁਭ ਦ੍ਰਿਸ਼ਟੀ ਬਣਦੀ ਆ, ਉਹਨਾਂ ਦਾ ਧਿਆਨ ਜਿਹੜਾ ਸੁੱਖ ਦਿੰਦਾ। ਫਰਕ ਆ, ਉਹ ਨੁਕਸਾਨ ਕਰਦਾ, ਇਹ ਭਲਾ ਕਰਦਾ, ਸ਼ੁਭ ਦ੍ਰਿਸ਼ਟੀ ਪੈਂਦੀ ਹੈ। ਹੁਣ ਤਾਂਤਰਿਕ ਧਿਆਨ ਕਿਵੇਂ ਬਣਾਉਂਦਾ? ਤਾਂਤਰਿਕ ਧਿਆਨ ਬਣਾਉਂਦਾ ਉਹ ਇੱਕ ਮੋਮਬੱਤੀ ਜਗਾ ਲੈਂਦਾ, ਉਹ ਮੋਮਬੱਤੀ ਨੂੰ ਪਹਿਲੇ ਦਿਨ ਅੱਖਾਂ ਨਹੀਂ ਝਪਕਦਾ, ਐਂ ਦੇਖਦਾ ਰਹਿੰਦਾ ਟਿਕ ਟਿਕੀ ਲਾ ਕੇ। ਪਹਿਲੇ ਦਿਨ ਦੋ ਚਾਰ ਪੰਜ ਮਿੰਟ ਅੱਖ ਟਿਕੀ, ਦੂਸਰੇ ਦਿਨ ਫਿਰ ਥੋੜ੍ਹੀ ਜਿਹੀ, ਐਂ ਕਰਦਿਆਂ ਕਰਦਿਆਂ ਦੋ ਦੋ ਚਾਰ ਚਾਰ ਮਿੰਟ ਕਰਦਾ ਕਰਦਾ ਉਹ ਦੋ ਘੰਟੇ ਤੱਕ ਲੈ ਜਾਂਦਾ। ਕਿੱਥੋਂ ਤੱਕ ਲੈ ਜਾਂਦਾ ਜੀ? ਦੋ ਘੰਟੇ ਤੱਕ, ਦੋ ਘੰਟੇ ਉਹ ਅੱਖ ਨਹੀਂ ਝਪਕਦਾ। ਅਤੇ ਤੁਸੀਂ ਦੇਖਿਆ ਹੋਣਾ ਜਿਹੜੇ ਤਾਂਤਰਿਕ ਧਿਆਨ ਬਣਾਉਂਦੇ ਨੇ ਉਹਨਾਂ ਦੀਆਂ ਅੱਖਾਂ ਅੰਦਰਲੇ ਜਿਹੜੇ ਜਿਹਨੂੰ ਆਪਾਂ ਡੇਲਾ ਕਹਿੰਦੇ ਹਾਂ, ਐਂ ਹੋ ਜਾਂਦਾ ਹੈ, ਡਰਾਉਣਾ ਜਿਹਾ ਬਣ ਜਾਂਦੀ ਅੱਖ, ਹੈ, ਕਿਉਂਕਿ ਉਹ ਦੇਖ ਦੇਖ ਕੇ ਐਂ ਹੋ ਜਾਂਦਾ, ਅੱਖ ਨਹੀਂ ਝਪਕਦਾ। ਅਤੇ ਆਪਾਂ ਨੂੰ ਮਹਾਰਾਜ ਕਹਿੰਦੇ ਆਰਾਮ ਨਾਲ ਅੱਖ ਝਪਕਣ ਦੀ ਲੋੜ ਹੈ ਤਾਂ ਝਪਕ ਲਓ, ਹਾਂਜੀ। ਅਤੇ ਆਪਾਂ ਨੂੰ ਕੋਈ ਧੱਕਾ ਨਹੀਂ, ਆਪਾਂ ਨੂੰ ਕਿਹਾ ਮਹਾਰਾਜ ਨੇ ਵੀ ਧੱਕਾ ਕਰੋ ਆਪਦੇ ਆਪ ਨਾਲ। ਜਿੱਦਣ ਫਿਰ ਦੋ ਘੰਟੇ ਦਾ ਉਹਦਾ ਅਭਿਆਸ ਹੋ ਜਾਂਦਾ, ਫਿਰ ਉਹ ਕੀ ਕਰਦਾ? ਉਹ ਆਪਦੇ ਧਿਆਨ ਨੂੰ ਚੈੱਕ ਕਰਦਾ ਵੀ ਮੇਰਾ ਧਿਆਨ ਕੰਮ ਕਰਦਾ ਕਿ ਨਹੀਂ ਕਰਦਾ। ਉਹ ਫਿਰ ਇੱਕ ਸ਼ੀਸ਼ੇ ਦੇ ਅੱਗੇ ਖੜ੍ਹ ਜਾਂਦਾ,
ਸ਼ੀਸ਼ੇ ਅੱਗੇ ਖੜ ਕੇ ਦੇਖਦਾ ਰਹਿੰਦਾ ਸ਼ੀਸ਼ੇ ਨੂੰ, ਐਂ ਅੱਖ ਨਹੀਂ ਚੁੱਕਦਾ ਅਤੇ ਮਨ ਵਿੱਚ ਖਿਆਲ ਲੈਂਦਾ ਸ਼ੀਸ਼ਾ ਟੁੱਟ ਜਾਵੇ ਅਤੇ ਸ਼ੀਸ਼ੇ 'ਚ ਤਰੇੜ ਪੈ ਜਾਂਦੀ। ਉਹਨੇ ਕੀ ਕੀਤਾ, ਨੁਕਸਾਨ, ਕਿੱਡਾ ਸੋਹਣਾ ਸ਼ੀਸ਼ਾ ਸੀ ਉਹਨੂੰ ਤੋੜਤਾ। ਅਤੇ ਗੁਰਮੁਖਾਂ ਦਾ ਜਿਹੜਾ ਧਿਆਨ ਆ, ਤੁਸੀਂ ਦੇਖਿਆ ਹੋਣਾ ਵੀ ਆਪਣੇ ਇੱਥੇ ਗੁਰਮੁਖ ਇੱਕ ਦੂਸਰੇ ਨੂੰ ਮਿਲਦੇ ਨੇ ਅਤੇ ਕਿੰਨਾ ਉਹਨਾਂ ਨੂੰ ਸੁੱਖ ਮਿਲਦਾ, ਸ਼ਾਂਤੀ ਮਿਲਦੀ ਹੈ ਜਦੋਂ, ਕਿਉਂਕਿ ਇਹਨਾਂ ਦੀ ਦ੍ਰਿਸ਼ਟੀ ਜਿਹੜੀ ਹੈ ਨਾ ਉਹ ਮਾਲਕ ਨੂੰ ਦੇਖਣ ਵਾਲੀ ਹੈ, ਅੱਖ ਜਿਹੜੀ ਹੈ ਨਾ ਉਹ ਮਾਲਕ ਨੂੰ ਦੇਖਣ ਵਾਲੀ ਬਣੀ ਹੈ ਅਤੇ ਇਹ ਸੁੱਖ ਦਿੰਦੀ ਹੈ। ਅਤੇ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਦੇ ਮੁਤਾਬਕ ਧਿਆਨ ਲਾਉਣਾ, ਇੱਧਰ ਉੱਧਰ ਧਿਆਨ ਨਹੀਂ ਲਾਉਣਾ। ਹੋਰ ਕਈ ਸੰਸਥਾ ਬਣੀਆਂ ਨੇ, ਰੇਕੀ ਵਾਲੇ ਵੀ ਧਿਆਨ ਕਰਾਉਂਦੇ ਨੇ, ਹੈ ਨਾ, ਉਹ ਕਿਸੇ ਨੂੰ ਠੀਕ ਕਰਨ ਵਾਸਤੇ ਬਸ ਮਾੜਾ ਜਿਹਾ ਐਂ ਕਰਕੇ, ਹੈ ਨਾ, ਅਤੇ ਉਹ ਲਾਉਂਦੇ ਨੇ। ਅਤੇ ਆਪਾਂ ਕੀ ਕਰਦੇ ਹਾਂ, ਆਪਾਂ ਕਹਿੰਦੇ ਹਾਂ ਹੁਕਮ ਵਿੱਚ ਰਹੋ। ਕਹਿੰਦੇ 'ਚ ਰਹੋ ਜੀ, ਹੁਕਮ 'ਚ ਰਹੋ, ਭਾਣੇ ਵਿੱਚ ਰਹੋ, ਰਜਾ 'ਚ ਰਹੋ। ਅਸੀਂ ਕੌਣ ਹੁੰਦੇ ਹਾਂ ਕਿਸੇ ਨੂੰ ਠੀਕ ਕਰਨ ਵਾਲੇ? ਮਾਲਕ ਨੇ ਕੋਈ ਪ੍ਰੋਬਲਮ ਦਿੱਤੀ ਆ ਅਤੇ ਉਹ ਕੋਈ ਕੱਟਣਾ ਹੋ ਉਹਨੇ, ਠੀਕ ਹੈ ਨਾ ਜੀ। ਇਸ ਕਰਕੇ ਆਪਾਂ ਭਾਣੇ 'ਚ ਰਹਿਣਾ, ਆਪਾਂ ਰਜਾ 'ਚ ਰਹਿਣਾ। ਅਤੇ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਬੈਠੇ ਅਤੇ ਮਹਾਰਾਜ ਜੇ ਉਹ ਭਾਣੇ 'ਚ ਨਾ ਰਹਿੰਦੇ ਤਾਂ ਉਹ ਬੇਨਤੀ ਕਰ ਸਕਦੇ ਸੀ ਅਤੇ ਮਾਲਕ ਉਹਨਾਂ ਨੂੰ ਤੱਤੀ ਤਵੀ 'ਤੇ ਬੈਠਣ ਤੋਂ ਬਚਾ ਸਕਦੇ, ਪਰ ਨਹੀਂ, ਉਹ ਭਾਣੇ 'ਚ ਰਹੇ, ਹੁਕਮ 'ਚ ਰਹੇ, ਖੁਸ਼ੀ ਨਾਲ ਤੱਤੀ ਤਵੀ 'ਤੇ ਜਾ ਕੇ ਬੈਠੇ। ਕਿੰਨੇ ਕਿੰਨੇ ਤਸ਼ੱਦਦ ਚੱਲੇ, ਤਸੀਹੇ ਚੱਲੇ, ਪਰ ਮਾਲਕ ਦੇ ਹੁਕਮ ਦੇ ਵਿੱਚ ਉਹਨਾਂ ਨੇ ਹੁਕਮ ਨੂੰ ਮੋੜਿਆ ਨਹੀਂ, ਹੁਕਮ ਦੇ ਦਾਇਰੇ ਵਿੱਚ ਰਹੇ। ਅਤੇ ਆਪਾਂ ਪਿਛਲੀ ਵਾਰੀ ਵਿਚਾਰ ਕੀਤੀ ਸੀ ਹੁਕਮ ਕੀ ਆ, ਹੁਕਮ ਹੈ ਨਾਮ, ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁੱਖ ਦੀ ਆਵਾਜ਼ ਹੁਕਮ ਆ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਦਿਓ। ਨਾਮ ਹੁਕਮ ਹੈ ਅਤੇ ਉਹ ਹੁਕਮ, ਉਹ ਨਾਮ ਸਾਡੇ ਸਾਰਿਆਂ ਦੇ ਅੰਦਰ ਹੈ। ਜੀ ਰਾਗਨ ਬਰਾਬਰ ਤਪੈ ਭੀਤਰ ਵਗੈ ਕਾਤੀ, ਪਰਨਵਤ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ। ਦਿਨ ਰਾਤੀ ਸੁੱਖ ਹੋਏਗਾ ਜੇ ਅਸੀਂ ਹੁਕਮ ਨੂੰ ਪਛਾਣ ਲਾਂਗੇ। ਹੁਕਮ ਇੰਜ ਨਾਮ, ਨਾਮ ਬਿੰਜ ਅਨਹਦ ਸ਼ਬਦ, ਸੱਚਾ ਸ਼ਬਦ। ਅਤੇ ਮਹਾਰਾਜ ਦੀ ਬਾਣੀ ਦੇ ਵਿੱਚ ਸਾਰੇ ਜਿਹੜੇ ਨਾਂ ਨੇ ਇਹ ਮਾਲਕ ਦੇ ਮੁੱਖ ਦੀ ਆਵਾਜ਼ ਦੇ ਨਾਂ ਨੇ। ਇਸ ਆਵਾਜ਼ ਦੇ ਨਾਲੋਂ ਸਾਡੀ ਲਿਵ ਟੁੱਟੀ, ਸਾਡਾ ਮਨ ਸੰਸਾਰ 'ਤੇ ਆਇਆ, ਤ੍ਰੈਗੁਣਾਂ ਦੇ ਵਿੱਚ ਚਲਾ ਗਿਆ, ਇੱਥੇ ਜਦੋਂ ਆਇਆ ਮਾਂ ਪਿਓ ਮਿਲੇ, ਭੈਣ ਭਰਾ ਮਿਲੇ, ਹਾਂਜੀ ਰਿਸ਼ਤੇਦਾਰ ਮਿਲੇ, ਸੰਗੀ ਸਾਥੀ ਦੋਸਤ ਮਿੱਤਰ ਮਿਲੇ, ਅਤੇ ਫਿਰ ਕੀ ਕਹਿੰਦੇ, ਕਹਿੰਦੇ ਖਰਾ ਕੋਈ ਵੀ ਨਹੀਂ ਰਿਹਾ, ਸਾਥ ਦਿੱਤਾ ਕਿਸੇ ਨੇ ਨਹੀਂ, ਕਿਉਂਕਿ ਗੁਰਮੁਖ ਹੁੰਦੇ ਤਾਂ ਸਾਥ ਦਿੰਦੇ ਸਾਰੇ, ਮਨਮੁਖੀ ਰਹੇ। ਅਤੇ ਫਿਰ ਮਹਾਰਾਜ ਦੀ ਬਾਣੀ 'ਚ ਲਿਖਿਆ, ਕਹਿੰਦੇ ਪੁੱਤਰ ਕਲੱਤਰ ਲੋਕ ਗ੍ਰਹਿ ਬਣਤਾ ਮਾਇਆ ਸਨ ਦੇਹੀ, ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ। ਕਹਿੰਦੇ ਵੀ ਨਾਲੇ ਪਤਾ ਸਾਰਿਆਂ ਨੂੰ ਵੀ ਇੱਥੇ ਸਾਰਾ ਕੁਛ ਮਿਥਿਆ ਹੋਇਆ ਹੈ, ਕਿਸੇ ਚੀਜ਼ ਨੇ ਨਾਲ ਨਹੀਂ ਜਾਣਾ, ਸਾਥ ਨਾ ਚੱਲ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਏ ਧਨ ਸਾਰ। ਵੀ ਇੱਥੇ ਕੋਈ ਵੀ ਖਰਾ ਨਹੀਂ ਸਾਡੇ ਨਾਲ ਜਾਣ ਵਾਲਾ, ਅਤੇ ਜਿਹਨੇ ਨਾਲ ਜਾਣਾ ਉਹ ਕੌਣ ਆ? ਉਹ ਹੈ ਸ਼ਬਦ। ਉਹ ਕੌਣ ਆ ਜੀ? ਨਾਮ, ਨਾਮ ਨੇ ਨਾਲ ਜਾਣਾ। ਕਿੰਨਾ ਭਿਆਨਕ ਰਸਤਾ ਹੋਏਗਾ ਉਦੋਂ ਨਾਮ ਨਾਲ ਸਾਡਾ ਸਾਥ ਦੇਗਾ। ਜੈ ਮਹਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੇ। ਸੰਗ ਸੰਗ ਕਿਹਨੇ ਚੱਲਣਾ? ਨਾਮ ਨੇ ਚੱਲਣਾ। ਇਸ ਕਰਕੇ ਨਾਮ ਦੀ ਮਹਿਮਾ, ਵਡਿਆਈ, ਉਪਮਾ, ਮਹਾਨਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਵਾਰ ਵਾਰ ਕੀਤੀ ਗਈ, ਵਾਰ ਵਾਰ ਕੀਤੀ ਗਈ। ਅਤੇ ਮਹਾਰਾਜ ਗੁਰਬਾਣੀ ਦੇ ਵਿੱਚ ਆਪਾਂ ਨੂੰ ਦੱਸਦੇ ਨੇ, ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਕਹਿੰਦੇ ਮਹਾਰਾਜ ਮੈਨੂੰ ਥੋੜ੍ਹਾ ਜੀ ਨਾਮ ਦੀ ਕਿਰਪਾ ਕਰ, ਮੈਨੂੰ ਥੋੜ੍ਹਾ ਨਾਮ ਦੇ ਦੇ। ਕਿਉਂਕਿ ਗੁਰਮੁਖਾਂ ਨੂੰ ਪਤਾ ਸੀ ਜਦੋਂ ਗੁਰਮੁਖ ਮਾਲਕ ਦੇ ਦਰ 'ਤੇ ਪਹੁੰਚੇ, ਉਹ ਦਰ ਜਿਹਨੂੰ ਆਪਾਂ ਕਹਿੰਦੇ ਹਾਂ ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬੇ ਸਭ ਸੰਭਾਲੇ ਵਾਜੇ ਨਾਦ ਅਨੇਕ ਸੰਖਾਂ ਕੀਤੇ ਬਾਵਨ ਹਾਰ। ਉਹ ਦਰ ਇੱਥੇ ਆ, ਇਸ ਦਰ 'ਤੇ ਕੌਣ ਪਹੁੰਚਿਆ? ਮਨ ਪਹੁੰਚਿਆ। ਇਹ ਸਰੀਰ ਨੇ ਨਹੀਂ ਪਹੁੰਚਣਾ, ਇਹ ਸਰੀਰ ਨੇ ਗੁਰਦੁਆਰਾ ਸਾਹਿਬ ਜਾਣਾ, ਮੰਦਰ ਮਸਜਿਦ ਜਾਣਾ, ਚਰਚ ਜਾਣਾ, ਮਨ ਨੇ ਲੈ ਕੇ ਜਾਣਾ ਇਸ ਸਰੀਰ ਨੂੰ। ਲੇਕਿਨ ਮਨ ਦੇ ਲਈ ਗੁਰਦੁਆਰਾ ਕਿੱਥੇ ਆ? ਉਹ ਹੈ ਦਸਵਾਂ ਦੁਆਰ। ਉਹ ਗੁਰਦੁਆਰਾ ਕਿਹੜਾ ਜੀ? ਦਸਵਾਂ ਦੁਆਰ, ਜਿੱਥੇ ਨਾਮ ਹੈ। ਪੌਣ ਨੌਂ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਪਾਵਨੀ,
एक ना दसवां द्वार दिखाया उत्थे की है कहिंदे तैं अनेक रूप नौ नव निध निध कहिंदे निधान नू नाम नू खजाने नू उत्थे नाम दा खजाना पिया दसवें द्वार दे विच इसे नू दसवें द्वार नू गुरु ग्रंथ साहिब दी बाणी च आपां थिरकर पढ़दे हां थिरकर बैसो हरजन प्यारे सतगुर तुमरे कास वारे इसे नू निज घर पढ़दे हां निज घर महल पाओ सुख सहजे बहर न होए गो फेरा ये सारे नाँ इसे दे ने क्योंकि सौखी समझ लगते भी जो तुसी बाणी पढ़ो जे थिर घर दा जिक्र आवे मन विच समझ लेना भी ये दसवें द्वार दी गल चल रही है महल दा जिक्र आवे मन विच समझ लेना भी यह दसवें द्वार दी गल चल रही है हुण दसवें द्वार दे गुरुद्वारे दे गेट दे अगे किन्ने बैठना है शरदा ते भावना नाल किन्ने बैठना है मन ने बैठना मन नेत्रां च ओ जो जोत होया होया दो अखां ने मन एक लाइट आ एक जोत आ छोटा जिहा चानन लेकिन दो अखां विच वंडिया गया जिस करके मालक नहीं दिसदा हुण दो नेत्रां तों तुसी एक नेत्र करके बैठ जो उदों कौन बैठेगा मन बैठेगा क्योंकि दोनों नेत्र इकट्ठे कर ले एक जोत हो गई उदों फिर मन उत्थे शरदा दे नाल बैठदा है जदों शरदा दे नाल बैठ के उत्थे फिर आवाज़ दिंदा है फिर मालक सुनदा है ते गुरु ग्रंथ साहिब महाराज दी बाणी दे विच दस्या गया कहिंदे जदों फिर मालक सुनदा है ते आवाज़ उंदी उत्थे सुनाई दिंदी है मालक नूं जिहड़ा फुरनिया तों रह धो के आवाज़ दिंदा है कई फुरनिया दे विच बाणी पढ़दे आ विचार भी आई जांदे बाणी भी पढ़ी जांदे आ कई फुरनिया दे विच सिमरन करदे आ फुरने भी आई जांदे आ सिमरन भी करी जांदे आ माला भी करी जांदे आ फुरने भी आई जांदे आ ते ओ आवाज़ ओ बाणी उत्थे नहीं जांदी ओ थल्ले रह जांदी है ये फुरने जिहड़े ने इन्हां नूं त्रै गुण कहिंदे आ तीन गुण रजो गुण तमो गुण सतो गुण जे त्रै गुण विचारां दे विच मन है तां मालक नूं आवाज़ नहीं सुनदी वैसे तां उहनूं सारा कुछ सुणदा दिखदा है लेकिन समझाया गया भी मालक दे तख्त दे उत्ते सिंघासन ते आवाज़ नहीं जांदी ते लेकिन आवाज़ किहड़ी जाऊगी उहदे जिहड़ी फुरनिया तों रहत हो के आवाज़ मारी होएगी जे दर मांगत कूक करे महली खसम सुने भावें धीरक भावें तके एक बढ़ाई दे ओ फिर जदों महल दे विच खसम सुनदा महल दे विच खसम सुनदा उस आवाज़ नूं जिहड़ी फुरनिया तों रहत हुंदी है जे किते नाल बच्चे ने विराग कर लिया आवाज़ दित्ती थोड़ा जिहा विराग आ गया ते मालक दा सिंघासन डोल जांदा है कि मेरा आज्ञाकारी पुत विराग करदा की गल हो गई फिर वह सकेंट दा बाले ने उदू पहला आके पुछदा पुत दस छेती दस की होया एडा साडा पिता दयालु कृपालु 24 घंटे हर वक्त साडे नाल रहिंदा ते जे देखिया ही नहीं तां दूर फिर तां कंध ओले परदेश है ना जे हुण कंध ओले रिश्तेदारी होवे ते आपां नूं कोई मिल नहीं देवे ते परदेश ही हो गया ना पाबंदियां लाईआं हुण तुसीं मिलना नहीं बुलाउणा नहीं ते हुण मालक नेड़े हुंदा होया दिसदा नहीं ते हुण तक बहुत चिर हो गया आपां नूं प्रैक्टिकल कराया भी नहीं किसे ने ते जिन्हां गुरमुख ने प्रैक्टिकल कीता उन्हां ने दसण दी कोशिश कीती किसे ने समझे ही नहीं गुरमुख आए उन्होंने समझाउण दी कोशिश कीती लेकिन कोशिश भी की गुरबाणी के प्रमाण लेके समझाया भी आ देखो महाराज की बाणी इतने आ कहती है इतने आ कहती है हुण आपां सारयां ने आवाज़ देनी है मालक नूं वैसे तो बिन बोले सब कुछ जानदा पर फिर भी असी दर ते बह के कूक देनी है जे दर मांगत कूक करे कूक देनी है हम कूकर तेरे दरबार ਭੌਂਕਾ ਆਗੇ ਵਧਣ ਪਸਾਰ ਉਹ ਕੂਕ ਕਿਵੇਂ ਦੇਣੀ ਆ ਵੀ ਮਾਲਕ ਆਵਾਜ਼ ਸੁਣ ਲਵੇ ਮਾ ਕਿਉਂਕਿ ਖੇਡ ਆ ਨਾ ਉਹਨੇ ਵਿਛੋੜ ਕੇ ਭੇਜਿਆ ਅਤੇ ਆਪ ਮਾਲਕ ਬੈਠਾ ਖੇਡ ਦੇਖ ਰਿਹਾ ਦਰਸ਼ਕ ਬਣ ਕੇ ਖੇਡ ਦੇਖ ਰਿਹਾ ਅਤੇ ਹੁਣ ਆਪਣੇ ਵਿੱਚੋਂ ਕਹਿੰਦੀ ਆਵਾਜ਼ ਉਹਦੇ ਕੋਲ ਜਾਂਦੀ ਹੈ ਮਹਿਲ ਦੇ ਵਿੱਚ ਕਹਿੰਦੀ ਆਵਾਜ਼ ਜਾਂਦੀ ਹੈ ਇਹ ਹੁਣ ਆਪਣੇ 'ਤੇ ਡਿਪੈਂਡ ਕਰਦਾ ਵੀ ਅਸੀਂ ਫੁਰਨਿਆਂ ਤੋਂ ਰਹਿ ਧੋ ਕੇ ਆਵਾਜ਼ ਮਾਰਨੀ ਹੈ ਜਾਂ ਫੁਰਨਿਆਂ 'ਚੋਂ ਮਾਰਨੀ ਹੈ ਕਿਉਂਕਿ ਫੁਰਨੇ ਜਿਹੜੇ ਨੇ ਭਵ ਸਾਗਰ ਆ ਭਵਜਲ ਬਿਖਮਸ ਗਾਹ ਗੁਰਸ਼ਬਦੀ ਪਾਰ ਪਾਏ ਅਤੇ ਭਵ ਸਾਗਰ ਦੇ ਵਿੱਚੋਂ ਨਿਕਲਣ ਵਾਸਤੇ ਆਪਾਂ ਕੋਸ਼ਿਸ਼ ਸਾਰਿਆਂ ਨੇ ਕਰਨੀ ਮੈਂ ਆਪਦੇ ਲਈ ਕੀਤੀ ਆ ਕਰ ਰਿਹਾ ਅੰਤਮ ਸਮੇਂ ਤੱਕ ਕਰਨੀ ਆ ਅਤੇ ਤੁਸੀਂ ਆਪਦੇ ਲਈ ਕਰਨੀ ਆ
ਮੇਰੇ ਪਰਿਵਾਰ ਨੇ ਆਪਦੇ ਲਈ ਕਰਨੀ ਹੈ, ਮੈਂ ਆਪਦੇ ਲਈ ਕਰਨੀ ਹੈ। ਮੈਂ ਸਿੱਖ ਕੇ ਆਪਦੇ ਪਰਿਵਾਰ ਨੂੰ ਸਮਝਾਇਆ ਵੀ ਤੁਸੀਂ ਵੀ ਐਂ ਕਰੋ, ਉਹ ਕਰਦੇ ਨੇ, ਮੈਂ ਵੀ ਹੁਣ ਤੁਸੀਂ ਆਪਦੀ ਆਪਦੀ ਮਿਹਨਤ ਕਰੋ, ਮੈਂ ਆਪਦੀ ਕਰਦਾ। ਲੇਖਾ ਆਪੋ ਆਪਣਾ ਹੈ, ਲੇਖਾ ਸਾਰਿਆਂ ਦਾ ਆਪੋ ਆਪਣਾ ਹੈ। ਅਤੇ ਇਹਦੀ ਆਪਾਂ ਇੱਥੇ ਵੀ ਮਿਸਾਲ ਲੈ ਲਓ, ਜਿਹਦਾ ਸਿਰ ਦੁਖਦਾ ਨਾ ਅਤੇ ਨਾਲ ਦੇ ਦਾ ਨਹੀਂ ਦੁਖਦਾ, ਅਤੇ ਜਿਹਦਾ ਦੁਖਦਾ ਉਹਨੂੰ ਹੀ ਪਤਾ ਵੀ ਕਿੰਨਾ ਕੁ ਦੁਖਦਾ, ਕੀ ਹਾਲਤ ਆਉਂਦੀ। ਅਤੇ ਨਾਲ ਦੇ ਦਾ ਘਰ ਵਾਲੇ ਦਾ ਜੇ ਨਹੀਂ ਦੁਖਦਾ, ਔਰਤ ਦਾ ਘਰ ਵਾਲੀ ਦਾ ਦੁਖਦਾ, ਤਾਂ ਉਹਨੂੰ ਹੀ ਪਤਾ। ਜੇ ਉਹਨੂੰ ਪ੍ਰੋਬਲਮ ਆ ਤਾਂ ਉਹਨੂੰ ਨਹੀਂ ਪਤਾ, ਕਿਉਂਕਿ ਉਹ ਠੀਕ ਆ। ਇਸ ਕਰਕੇ ਗੁਰਮੁਖ ਪਿਆਰਿਓ, ਅੰਤਮ ਸਮੇਂ ਵੀ ਬੜੀ ਬਰੀਕੀ ਦੇ ਵਿੱਚ ਲੇਖਾ ਜੋਖਾ ਹੁੰਦਾ, ਅਤੇ ਉਹ ਲੇਖੇ ਜੋਖੇ ਤੋਂ ਆਪਣਾ ਬਚਾਅ ਹੋ ਜੇ, ਲੇਖੇ ਜੋਖੇ ਤੋਂ ਆਪਣਾ ਬਚਾਅ ਹੋ ਜੇ। ਹੁੰਦਾ ਬਚਾਅ ਜੇ ਤੁਸੀਂ ਉਹਦੇ ਨਾਲ ਪਿਆਰ ਪਾਲੋ, ਜੇ ਤੁਸੀਂ ਮਾਲਕ ਨਾਲ ਪਿਆਰ ਪਾਲੋ ਨਾ, ਤੁਹਾਡਾ ਸਾਰਾ ਲੇਖਾ ਜੋਖਾ ਸਾਰਾ ਪਾੜ ਦਿੱਤਾ ਜਾਂਦਾ। ਗੁਰਬਾਣੀ 'ਚ ਲਿਖਿਆ, ਪਹਿਲਾਂ ਤਾਂ ਜਿਹੜਾ ਲਿਖ ਰਿਹਾ ਹੁੰਦਾ ਰਿਪੋਰਟ, ਉਹ ਕੌਣ ਆ? ਉਹ ਚਿੱਤਰਗੁਪਤ। ਕੌਣ ਆ ਜੀ? ਚਿੱਤਰਗੁਪਤ। ਉਹਨੇ ਵੀਡੀਓ ਰਿਕਾਰਡਿੰਗ ਕਰਦਾ ਪਿਆ, ਉਹ ਵੀਡੀਓ ਵੀ ਬਣਾ ਰਿਹਾ, ਨਾਲ ਗੱਲਾਂ ਬਾਤਾਂ ਰਿਕਾਰਡ ਹੋ ਰਹੀਆਂ ਨੇ। ਉਹ ਚਿੱਤਰਗੁਪਤ ਨਾ ਹੀ ਇਸੇ ਕਰਕੇ ਲਿਖਿਆ, ਚਿੱਤਰ ਮੀਨਜ ਫੋਟੋ ਖਿੱਚਣੀ, ਗੁਪਤ ਮੀਨਜ ਰਿਪੋਰਟ CID ਕਰਨੀ। ਉਹਨੇ ਮਨ ਦੇ ਮਗਰ ਮਗਰ ਰਹਿ ਕੇ ਰਿਪੋਰਟ ਦੇਣੀ ਆ ਵੀ ਮਨ ਹੁਣ ਰਜੋਗੁਣ ਹੱਟ 'ਤੇ ਵਿਚਰ ਰਿਹਾ, ਮਨ ਹੁਣ ਸਤੋਗੁਣ ਹੱਟ 'ਤੇ ਵਿਚਰ ਰਿਹਾ, ਮਨ ਹੁਣ ਤਮੋਗੁਣ ਹੱਟ 'ਤੇ ਵਿਚਰ ਰਿਹਾ, ਜਾਂ ਮਨ ਹੁਣ ਮੋਖ ਦੇ ਹੱਟ 'ਤੇ ਬੈਠਾ ਸਵਾਦ ਜਮ੍ਹਾਂ ਕਰਾ ਰਿਹਾ। ਇਹ ਸਾਰੀ ਰਿਪੋਰਟ ਚਿੱਤਰਗੁਪਤ ਨੇ ਧਰਮ ਰਾਏ ਨੂੰ ਦੇਣੀ ਹੈ। ਗਾਵੈ ਤੁਦਨੋਂ ਚਿੱਤਰਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਅਤੇ ਹੁਣ ਧਰਮ ਰਾਏ ਚਿੱਤਰਗੁਪਤ ਦੀ ਜਿਹੜੇ ਉਹ ਮੌਕੇ 'ਤੇ ਰਿਪੋਰਟ ਲਿਖ ਰਿਹਾ ਹੁੰਦਾ, ਉਹਦਾ ਉੱਥੇ ਹੀ ਮਾਲਕ ਕਾਗਜ਼ ਫੜਦਾ, ਕਹਿੰਦਾ ਲਿਆ ਫੜਾ, ਉੱਥੇ ਪਾੜ ਦਿੰਦਾ। ਮਹਾਰਾਜ ਦੀ ਬਾਣੀ 'ਚ ਲਿਖਿਆ, ਚਿੱਤਰਗੁਪਤ ਕਾ ਕਾਗਜ਼ ਫਾਰਿਆ, ਜਮਦੂਤਾਂ ਕਛੂ ਨਾ ਚਾਲੀ। ਕਹਿੰਦੇ ਜਮਦੂਤਾਂ ਦੀ ਕੋਈ ਪੇਸ਼ ਨਹੀਂ ਗਈ ਜਦੋਂ ਚਿੱਤਰਗੁਪਤ ਕਾਗਜ਼ ਲੈ ਕੇ ਪਾੜ ਦਿੱਤਾ। ਅਤੇ ਕਿਉਂ ਪਾੜਿਆ, ਕਿਹੜੇ ਮਨ ਬੱਚੇ ਦਾ ਪਾੜਿਆ? ਜਿਹਨੇ ਉਹਨੂੰ ਪਿਆਰ ਕੀਤਾ, ਜਿਹਨੇ ਉਹਨੂੰ ਪਿਆਰ ਕੀਤਾ। ਪ੍ਰਭ ਮਿਲਣੇ ਕਾ ਚਾਹੋ, ਪ੍ਰਭ ਵੇਖਣ ਕਾ ਚਾਹੋ, ਜਿਹਦੇ ਮਨ ਵਿੱਚ ਸੀ ਪਿਆਰ ਕੀਤਾ, ਉਹਦਾ ਪਾੜਤਾ। ਫਿਰ ਧਰਮ ਰਾਏ ਦੇ ਕੋਲ ਜਿਹੜੀਆਂ ਰਿਪੋਰਟਾਂ ਆਈਆਂ ਹੋਈਆਂ ਸੀਗੀਆਂ, ਉਹਦੇ ਕੋਲ ਵੀ ਰਿਕਾਰਡ ਜਮ੍ਹਾਂ ਸੀ, ਅਤੇ ਧਰਮ ਰਾਏ ਨੂੰ ਵੀ ਕਹਿ ਦਿੱਤਾ ਮਾਲਕ ਨੇ ਵੀ ਇਹਨੂੰ ਨਹੀਂ ਰੋਕਣਾ, ਅਤੇ ਇਹਦਾ ਸਾਰਾ ਪਾੜ ਦਿਓ, ਮੈਂ ਆਪੇ ਸਮਝ ਲਾਂਗਾ। ਉੱਥੇ ਮੌਕੇ 'ਤੇ ਧਰਮ ਰਾਏ ਦਰ ਕਾਗਜ਼ ਫਾਰੇ, ਕੀ ਕਹਿੰਦੇ ਮਹਾਰਾਜ ਬਾਣੀ 'ਚ? ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ। ਮਾਲਕ ਕਹਿੰਦਾ ਮੈਂ ਆਪੇ ਸਮਝ ਲਾਂਗਾ, ਪੜ੍ਹ ਦੇ ਸਾਰਾ ਕੁਛ, ਅਤੇ ਉਹ ਪੜ੍ਹ ਦਿੰਦਾ। ਕਿਉਂਕਿ ਧਰਮ ਰਾਏ ਵੀ ਉਹਦੇ ਹੁਕਮ 'ਚ ਚੱਲਦਾ, ਸਾਰੇ ਹੀ ਉਹਦੇ ਹੁਕਮ ਵਿੱਚ ਚੱਲਦੇ ਨੇ, ਪੌਣ ਪਾਣੀ ਉਹਨੂੰ ਧਿਆਰੇ ਨੇ। ਚਿੱਤਰਗੁਪਤ ਧਰਮ ਰਾਏ ਵੀ ਉਹਨੂੰ ਧਿਆਰਿਆ, ਯੋਧੇ ਮਹਾਂਬਲੀ ਸੂਰਮੇ ਉਹਨੂੰ ਧਿਆਰੇ ਨੇ, ਅਤੇ ਉਹਨੇ ਉਹ ਸਭ ਤੋਂ ਵੱਡਾ, ਉਹ ਸਭ ਤੋਂ ਵੱਡਾ, ਉਹਦੇ ਆਖੇ ਸਾਰਿਆਂ ਨੇ ਲੱਗਣਾ ਹੀ ਲੱਗਣਾ। ਉਵੇਂ ਉਹਨੇ ਕਿਸੇ ਨੂੰ ਨਹੀਂ ਮਿਲਣਾ ਧੱਕੇ ਨਾਲ, ਉਹਨੇ ਤਾਂ ਪ੍ਰੇਮ ਨਾਲ ਮਿਲਣਾ, ਪ੍ਰੇਮ ਦੀਆਂ ਡੋਰੀਆਂ ਪਾ ਕੇ, ਠੀਕ ਹੈ ਨਾ ਜੀ? ਧੱਕੇ ਨਾਲ ਨਹੀਂ ਮਿਲਣਾ। ਹੁਣ ਜੇ ਆਪਾਂ ਚਾਹੁੰਦੇ ਹਾਂ ਕਿ ਅਸੀਂ ਮਾਲਕ ਨੂੰ ਪਿਆਰ ਕਰੀਏ, ਹਾਂਜੀ, ਫਿਰ ਫੁਰਨੇ ਜਿਹੜੇ ਨੇ ਇਹ ਕਾਲ ਦਾ ਇਲਾਕਾ, ਜੇ ਤੁਹਾਨੂੰ ਫੁਰਨੇ ਆ ਰਹੇ ਨੇ, ਚਾਹੇ ਤੁਸੀਂ ਘਰੇ ਹੋ, ਚਾਹੇ ਤੁਸੀਂ ਸੰਗਤ 'ਚੋਂ ਕਿਤੇ ਵੀ ਹੋ, ਤੁਹਾਡਾ ਮਨ ਵਿਚਾਰਾਂ 'ਚ ਭੱਜਿਆ ਫਿਰਦਾ, ਤਾਂ ਸਮਝ ਲਓ ਤੁਸੀਂ ਕਾਲ ਦੇ ਇਲਾਕੇ 'ਚੋਂ। ਜੇ ਤੁਸੀਂ ਫੁਰਨਿਆਂ ਤੋਂ ਅਤੀਤ ਹੋ ਗਏ, ਉੱਪਰ ਉੱਠ ਖੜ੍ਹੇ, ਖਿਆਲਾਂ ਤੋਂ ਉੱਪਰ ਚਲੇ ਗਏ, ਸਮਝ ਲਓ ਤੁਸੀਂ ਨਿਰੰਕਾਰ ਦੇ ਇਲਾਕੇ 'ਚੋਂ ਕਾਲ ਦਾ ਇਲਾਕਾ ਛੱਡ ਦਿੱਤਾ। ਅਤੇ ਕਾਲ ਦਾ ਇਲਾਕਾ ਛੱਡਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਬੜਾ ਟਾਈਮ ਨਹੀਂ ਲੱਗਦਾ, ਜੇ ਤੁਸੀਂ ਸਿਮਰਨ ਕਰਕੇ ਫੁਰਨਿਆਂ ਤੋਂ ਰਹਿਤ ਹੋ ਕੇ ਅਨਹਦ ਸ਼ਬਦ ਦੇ ਵਿੱਚ ਸਮਾ ਕੇ, ਸੁਣ ਸੁਣ ਕੇ ਸਮਾ ਕੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁੱਖ ਹੋ ਜਾਓ, ਸਨਮੁੱਖ ਹੋ ਜਾਓ, ਮਤਲਬ ਕਿ ਉਹਦੇ ਦਰਸ਼ਨ ਕਰ ਲਓ, ਕੋਈ ਭੇਦ ਦੇ ਦੇਵੇ, ਭੇਦ ਦੇਣ ਵਾਲਾ ਵੀ ਚਾਹੀਦਾ ਕੋਈ ਗੁਰਮੁਖ, ਉਹ ਭੇਦ ਦੇ ਦੇਵੇ ਵੀ ਆਹ ਮਾਲਕ ਆ, ਵਿਧੀ ਲਵਾ ਦੇਵੇ, ਤੁਸੀਂ ਉਹ ਯੁਗਤੀ ਨੂੰ ਅਪਣਾ ਲਵੋ, ਵਿਧੀ ਲਾ ਲਾ ਕੇ ਦੇਖੋ, ਅਤੇ ਫਿਰ ਤੁਸੀਂ ਆਪਦੇ ਆਪ ਚੈੱਕ ਕਰਿਓ ਵੀ ਕਿੰਨੀ ਛੇਤੀ ਕਾਲ ਦੇ ਇਲਾਕੇ 'ਚੋਂ ਮਨ ਬਾਹਰ ਨਿਕਲਦਾ। ਦੇਖੋ, ਸਿਮਰਨ ਕਰਦੇ ਹਾਂ ਫੁਰਨਿਆਂ ਤੋਂ ਰਹਿ ਧੋਣ ਵਾਸਤੇ,
ਫੁਰਨਿਆਂ ਤੋਂ ਰਹਿਤ ਹੋ ਕੇ ਫਿਰ ਅਨਹਦ ਸ਼ਬਦ ਸੁਣਦੇ ਹਾਂ, ਇੱਥੇ ਫੁਰਨਾ ਨਹੀਂ ਆਉਣਾ ਚਾਹੀਦਾ। ਫਿਰ ਜਦੋਂ ਅਨਹਦ ਸ਼ਬਦ ਸੁਣਦੇ ਹਾਂ ਫਿਰ ਪ੍ਰਕਾਸ਼ ਹੋ ਜਾਂਦਾ, ਮਾਲਕ ਦੇ ਦਰਸ਼ਨ ਹੁੰਦੇ, ਉੱਥੇ ਤਾਂ ਫੁਰਨਾ ਹੈ ਹੀ ਨਹੀਂ। ਹਾਂਜੀ, ਅਤੇ ਜੇ ਫੁਰਨਾ ਨਹੀਂ ਹੈ ਤਾਂ ਤੁਸੀਂ ਕਾਲ ਦੇ ਇਲਾਕੇ 'ਚੋਂ ਬਾਹਰ ਹੋ। ਅਤੇ ਇਹ ਵਿਧੀ ਲਾਉਣ ਨੂੰ ਕਿੰਨਾ ਕੁ ਟਾਈਮ ਲੱਗਦਾ? ਇਸ ਯੁਗਤੀ ਨੂੰ ਅਪਣਾਉਣ ਨੂੰ ਜਿੰਨਾ ਟਾਈਮ ਅੱਖ ਝਪਕ ਨੂੰ ਲੱਗਦਾ ਇੰਨਾ ਟਾਈਮ ਲੱਗਦਾ। ਮਹਾਰਾਜ ਕਹਿੰਦੇ ਇੱਕ ਚਿੱਤ ਜੇ ਇੱਕ ਛਿੰਨ 'ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਕਾਲ ਦੀ ਪਕੜ 'ਚ ਨਹੀਂ ਆਉਂਗੇ, ਕਾਲ ਦੀ ਪਕੜ 'ਚੋਂ ਬਾਹਰ ਨਿਕਲੋਗੇ। ਇੰਨੇ 'ਚ ਉਹ ਯੁਗਤੀ ਲਾਉਣੀ ਸਿੱਖਣੀ ਪਏਗੀ, ਪ੍ਰੈਕਟੀਕਲ ਕਰਨਾ ਪਏਗਾ। ਅਤੇ ਆਓ ਫਿਰ ਗੁਰਮੁਖ ਪਿਆਰਿਓ, ਆਪਾਂ ਮਾਲਕ ਦੇ ਦਰ 'ਤੇ ਬੈਠ ਕੇ ਆਵਾਜ਼ ਦਈਏ ਫੁਰਨਿਆਂ ਤੋਂ ਰਹਿਤ ਹੋ ਕੇ, ਵੀ ਮਾਲਕ ਮਹਿਲ ਵਿੱਚ ਬੈਠਾ ਅਤੇ ਮਹਿਲ ਦੇ ਵਿੱਚ ਉਹਨੂੰ ਆਵਾਜ਼ ਸੁਣੇ ਸਾਡੀ, ਫੁਰਨਾ ਨਾ ਆਵੇ। ਫੁਰਨੇ ਨੂੰ ਰੋਕਣ ਵਾਸਤੇ ਆਪਾਂ ਉੱਚੀ ਬੋਲਦੇ ਹਾਂ, ਵਾਹ ਗੁਰੂ ਵਾਰ ਵਾਰ ਬੋਲਦੇ ਹਾਂ, ਵਿੱਚ ਟਾਈਮ ਨਹੀਂ ਦਿੰਦੇ ਰੁਕਣ ਦਾ, ਅਤੇ ਉਹ ਫੁਰਨਾ ਆਉਂਦਾ ਹੀ ਨਹੀਂ। ਹੁਣ ਕੁਛ ਕਈ ਗੁਰਮੁਖ ਨਵੇਂ ਆਏ ਆ, ਇਹਨਾਂ ਨੂੰ ਵੀ ਆਪਾਂ ਨਾਲ ਲੈ ਕੇ ਚੱਲਣਾ, ਵਿਧੀ ਸਮਝਾ ਕੇ ਸਿਮਰਨ ਕਿਵੇਂ ਕਰਨਾ ਹੈ। ਮਹਾਰਾਜ ਕਹਿੰਦੇ ਅੰਤਰ ਗੁਰੂ ਅਰਾਧਨਾ ਜੇਵਾ ਜਪ ਗੁਰਨਾਓ, ਨੇਤਰੀ ਸਤਿਗੁਰੂ ਪੇਖਣਾ, ਸਰਵਨੀ ਸੁਣਨਾ ਗੁਰਨਾਓ। ਕਹਿੰਦੇ ਅੰਤਰ ਗੁਰੂ ਅਰਾਧਨਾ, ਅੰਤਰ ਗੁਰੂ ਅਰਾਧਨਾ ਮਤਲਬ ਕਿ ਅੱਖਾਂ ਬੰਦ ਕਰ ਲਓ। ਅੱਖਾਂ ਬੰਦ ਵੈਸੇ ਤੁਸੀਂ ਕਰ ਲਓਗੇ ਫਿਰ ਵੀ ਤੁਹਾਨੂੰ ਆਸੇ ਪਾਸੇ ਭੁਲੇਖੇ ਪੈਣਗੇ, ਆ ਤੁਸੀਂ ਤੁਹਾਡੇ ਸੂਖਮ ਆਕਾਰ ਮਹਿਸੂਸ ਹੋਣਗੇ, ਲੇਕਿਨ ਇੱਕ ਵਿਧੀ ਆ ਉਹਦੇ ਨਾਲ ਆਸੇ ਪਾਸੇ ਦਿਸਣਾ ਹਟ ਜਾਏਗਾ ਅੱਖਾਂ ਬੰਦ ਕਰਕੇ। ਜਦੋਂ ਤੁਸੀਂ ਅੱਖਾਂ ਬੰਦ ਕਰਕੇ ਇੱਥੇ ਦੇਖੋਗੇ ਨਾ ਅੱਗੇ, ਅਤੇ ਆ ਚਾਰੇ ਪਾਸੇ ਕੋਈ ਪਤਾ ਨਹੀਂ ਲੱਗੇਗਾ ਤੁਹਾਨੂੰ ਕੋਈ ਬੈਠਾ ਜਾਂ ਨਹੀਂ ਬੈਠਾ, ਭੁੱਲ ਜਾਓਗੇ ਸਾਰਾ ਕੁਛ। ਅੱਖਾਂ ਬੰਦ ਕਰਕੇ ਇੱਥੇ ਦੇਖੋ, ਅੱਗੇ ਹਨੇਰਾ ਦਿਸਦਾ, ਕਿਸੇ ਨੂੰ ਆਕਾਸ਼ ਵਾਂਗੂ ਦਿਸਦਾ, ਕਿਸੇ ਨੂੰ ਪ੍ਰਕਾਸ਼ ਦਿਸਦਾ, ਹਟ ਗਿਆ ਨਾ ਦਿਸ ਨੂੰ, ਆਪਾਂ ਅੰਤਰਗਤ ਹੋ ਗਏ। ਅੰਤਰ ਗੁਰੂ ਅਰਾਧਨਾ ਜੇਵਾ, ਫਿਰ ਜੀਵ ਨੂੰ ਜਪਣ ਲਾਓ, ਵਾਹ ਜੇਵਾ ਜਪ ਗੁਰਨਾਓ, ਨੇਤਰੀ ਸਤਿਗੁਰੂ ਪੇਖਣਾ, ਫਿਰ ਹੌਲੀ ਹੌਲੀ ਇੱਥੇ ਪ੍ਰਕਾਸ਼ ਹੋਏਗਾ ਸਤਿਗੁਰੂ ਦਾ, ਸਰਵਨੀ ਸੁਣਨਾ ਗੁਰਨਾਓ, ਕੰਨਾਂ ਦੇ ਨਾਲ ਫਿਰ ਜਿਹੜਾ ਬੋਲਿਆ ਉਹਨੂੰ ਸੁਣਨਾ। ਕਿਉਂ ਸੁਣਨਾ ਕੰਨਾਂ ਦੇ ਨਾਲ? ਇਸ ਲਈ ਸੁਣਨਾ ਕਿ ਇਹਨਾਂ ਕੰਨਾਂ ਦੇ ਨਾਲ ਮਾਲਕ ਦੀ ਆਵਾਜ਼ ਸੁਣੇ, ਜਿਹਨੂੰ ਆਪਾਂ ਕਹਿੰਦੇ ਹਾਂ ਤੇਰਾ ਮੁੱਖ ਸੁਹਾਵਾ ਜੀਓ, ਸਹਿਜ ਧੁਨ ਬਾਣੀ ਸੁਣੇ, ਉਹ ਧੁਨ ਸੁਣਾਈ ਦੇਵੇ ਜੋ ਮਹਾਰਾਜ ਦੀ ਬਾਣੀ 'ਚ ਪਹਿਚਾਣ ਕਰਾਈ ਗਈ ਧੁਨਾਂ ਦੀ, ਉਹ ਧੁਨਾਂ ਸੁਣਾਈ ਦੇਣ। ਹੁਣ ਇਸ ਕਰਕੇ ਗੁਰਮੁਖ ਪਿਆਰਿਓ, ਆਪਾਂ ਕੰਨਾਂ ਨੂੰ ਆਪਣੀ ਆਵਾਜ਼ ਸੁਣਾਉਂਦੇ ਹਾਂ, ਵਾਹੇ ਬੋਲ ਕੇ ਵਾਹੇ ਸੁਣਾਉਂਦੇ ਹਾਂ, ਗੁਰੂ ਬੋਲ ਕੇ ਗੁਰੂ ਸੁਣਾਉਂਦੇ ਹਾਂ, ਕਿਉਂਕਿ ਕੰਨ ਆਦੀ ਹੋ ਜਾਣ ਸੁਣਨ ਦੇ। ਅਤੇ ਜਦੋਂ ਅਸੀਂ ਸਿਮਰਨ ਕਰਦਿਆਂ ਕਰਦਿਆਂ ਸਹਿਜ ਵਿੱਚ ਜਾਵਾਂਗੇ, ਮਤਲਬ ਕਿ ਨੀਂਦ ਆਉਣੀ ਸ਼ੁਰੂ ਹੋਏਗੀ, ਫਿਰ ਇਹ ਆਪਣੀ ਆਹ ਜਿਹੜੀ ਆਵਾਜ਼ ਇਹ ਹਟ ਜਾਏਗੀ ਬੋਲਣੋਂ, ਅਤੇ ਕੰਨ ਆਦੀ ਹੋਏ ਹੋਣਗੇ ਸੁਣਨ ਦੇ, ਅਤੇ ਇਹਨੂੰ ਕੋਈ ਵੀ ਆਵਾਜ਼ ਸੁਣਾਈ ਦੇਗੀ ਉਹਨੂੰ ਪਕੜੇਗਾ, ਸੁਣਨ ਦੀ ਕੋਸ਼ਿਸ਼ ਕਰੇਗਾ, ਫਿਰ ਇੱਥੇ ਇਹਨੂੰ ਕੰਨਾਂ ਦੇ ਵਿੱਚ ਐਂ ਲੱਗੇਗਾ ਜਿਵੇਂ ਸਰੰਗੀ ਵੱਜਦੀ ਹੈ, ਜਿਵੇਂ ਰਬਾਬ ਵੱਜਦੀ, ਜਿਵੇਂ ਬੰਸਰੀ ਵੱਜਦੀ ਹੈ, ਜਿਵੇਂ ਘੁੰਗਰੂ ਛਣਕਦੇ ਨੇ, ਜਿਵੇਂ ਤਬਲਾ ਵੱਜਦਾ, ਜਿਵੇਂ ਨਗਾਰਾ ਵੱਜਦਾ, ਜਿਵੇਂ ਟੱਲ ਵੱਜਦਾ, ਟੱਲ ਵੱਜਣ ਤੋਂ ਬਾਅਦ ਆਵਾਜ਼ ਨਹੀਂ ਆਉਂਦੀ ਚਰਨਾਟ ਜੀ ਨਿਕਲਦੀ ਵਿੱਚ, ਇਸ ਤਰ੍ਹਾਂ ਦੀ ਆਵਾਜ਼ ਉਹ ਫਿਰ ਤੁਹਾਡੇ ਕੰਨ ਸੁਣਨਗੇ, ਉਹ ਆ ਫਿਰ ਨਾਮ। ਜੇ ਤਾਂ ਉਹ ਸਲੋਅ ਆ ਤਾਂ ਉਹ ਹੈ ਸਹਿਜ ਧੁਨ ਬਾਣੀ, ਜੇ ਉਹ ਤੇਜ਼ ਆ ਤਾਂ ਫਿਰ ਉਹ ਨਾਮ ਸ਼ਬਦ ਤੂਰ ਵਾਜੇ, ਅਨਹਦ ਤੂਰੇ ਵੀ ਕਹਿੰਦੇ ਨੇ ਉਹਨੂੰ। ਆਓ ਗੁਰਮੁਖ ਪਿਆਰਿਓ, ਆਪਾਂ ਮਾਲਕ ਸਾਡੀ ਆਵਾਜ਼ ਸੁਣੇ, ਮਾਲਕ ਨੂੰ ਮਨ ਵਿੱਚ ਆਪਾਂ ਤਰਲਾ ਦੇਈਏ ਵੀ ਮਹਾਰਾਜ ਤੇਰੇ ਬੱਚੇ ਤੈਨੂੰ ਆਵਾਜ਼ਾਂ ਮਾਰਦੇ ਨੇ, ਕਿਰਪਾ ਕਰ ਦਰ ਖੋਲ ਲਾ, ਹੁਣ ਬਹੁਤ ਚਿਰ ਹੋ ਗਿਆ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਵੀ ਇਹ ਜਨਮ ਹੁਣ ਤੇਰੇ ਲਿਖੇ ਆ ਮਹਾਰਾਜ, ਬੜਾ ਕੁਛ ਕਰਕੇ ਦੇਖ ਲਿਆ, ਹਾਂਜੀ ਹੁਣ ਨਹੀਂ, ਹੁਣ ਤੈਨੂੰ ਮਿਲਣਾ ਬਾਕੀ ਹੈ, ਬਾਕੀ ਸਾਰਾ ਦੇਖ ਲਿਆ। ਆਓ ਫਿਰ ਸਾਰੇ ਗੁਰਮੁਖ ਨੇਤਰ ਬੰਦ ਕਰ ਲਓ ਜੀ, ਨੇਤਰ ਬੰਦ ਕਰਕੇ ਨੱਕ ਦੀ ਨੋਕ ਦੇ ਅੱਗੇ ਦੇਖਣਾ ਸਪੇਸ ਨੂੰ, ਜੋ ਦਿਸਦਾ ਹਨੇਰਾ ਦਿਸਦਾ ਉਹਨੂੰ ਦੇਖਣਾ, ਇਹਨੂੰ ਦੇਖਦੇ ਹੋਏ ਸਿਮਰਨ ਕਰਨਾ। ਸਾਰੇ ਨੇਤਰ ਬੰਦ ਕਰਕੇ ਕਰੋ ਸ਼ੁਰੂ, ਵਾਹਿਗੁਰੂ ਗੁਰੂ, ਵਾਹਿਗੁਰੂ ਵਾਹਿਗੁਰੂ ਗੁਰੂ, ਵਾਹਿਗੁਰੂ ਵਾਹਿਗੁਰੂ।
गुरु वाह 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 गुरु Bye.
वाहिगुरु 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 Ah!
अखां नहीं खुलनिया अखां बंद ही रखनिया ने अखा नहीं खोलनिया हौली हौली बोलना बंद कर दो सैलेंट हो जाओ बोलना बिल्कुल बंद कर दो अखा बंद रखिया तो सामने दिख ही जाओ बस कोई शरीर नहीं हिलाना हाथों पैरों दी उंगलां नहीं हिलाउणियां पर देख ही चलो अखा बंद करके सामने हाँ जी थोड़े ही जे नेत्र खोलो सारिया अखा नहीं खोलनिया सारिया अखा खोल के इधर मेरे वाल नहीं देखना थोड़िया जी अखा खोल के आप दी अखा दे नेड़े देखना इत्थे देखना खाली खिला नू जो अखा तो शुरू हुंदा हाँ जी बेमहूलिया जी अखा खोल के नेड़े देखो इत्थे देखी जाओ इत्थे ही देखते हुए अखा होर खोलो हौली हौली ਇੱਥੇ ਦੇਖੋ ਜਿੱਥੇ ਹੁਣ ਦੇਖਦੇ ਹੋ ਇੱਥੇ ਦੇਖਦੇ ਹੋਏ ਹੌਲੀ ਹੌਲੀ ਪਲਕਾਂ ਖੋਲ੍ਹਦੇ ਜਾਓ ਅੱਖਾਂ ਖੋਲ੍ਹਦੇ ਜਾਓ ਹਾਂਜੀ ਖੋਲ੍ਹਦੇ ਜਾਓ ਜੀ ਹੌਲੀ ਹੌਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਦੋਂ ਆਪਾਂ ਇਸ ਤਰ੍ਹਾਂ ਸਿਮਰਨ ਕਰਦੇ ਹਾਂ ਇਹ ਸਿਮਰਨ ਨੂੰ ਮਹਾਰਾਜ ਦੀ ਬਾਣੀ 'ਚ ਕਹਿੰਦੇ ਨੇ ਪ੍ਰਭ ਕਾ ਸਿਮਰਨ ਸਭ 'ਤੇ ਉੱਚਾ ਆਪਾਂ ਸਿਮਰਨ ਕੀਤਾ ਵੀ ਅਸੀਂ ਕਾਲ ਦੇ ਲਾਗੇ ਜੋ ਬਾਹਰ ਨਿਕਲ ਕੇ ਮਾਲਕ ਦੇ ਕੋਲ ਪਹੁੰਚ ਗਏ ਮਾਲਕ ਦਰ ਖੋਲ੍ਹ ਕੇ ਸਾਨੂੰ ਬੁਲਾ ਲਵੇ ਅਤੇ ਸਾਡਾ ਦਰਗਾਹ ਦੇ ਵਿੱਚ ਆਉਣਾ ਜਾਣਾ ਬਣ ਜਾਵੇ ਸਾਡਾ ਸੱਚਖੰਡ ਵਿੱਚ ਦਰਗਾਹ ਦੇ ਵਿੱਚ ਆਉਣਾ ਜਾਣਾ ਬਣ ਜਾਵੇ ਸੱਚਖੰਡ ਕਿਹੜਾ ਦਰਗਾਹ ਕਿਹੜੀ ਹੈ ਆ ਖਾਲੀ ਖਿਲਾ ਧਿਆਨ ਨਾਲ ਸੁਣ ਲਓ ਕੋਈ ਬੇਸਮੈਂਟ ਕਮਰਾ ਨਹੀਂ ਹੈ ਮਾਲਕ ਉੱਡਾ ਕੀ ਹੈ ਕਮਰੇ ਜਿੱਦਾਂ ਹੀ ਹੈ ਮਾਲਕ ਦਾ ਬੇਅੰਤ ਹੈ ਆਹ ਹੈ ਖਾਲੀ ਖਿਲਾ ਇਹ ਦੁਨੀਆ ਦੇ ਜਿੱਥੋਂ ਤੱਕ ਤੁਸੀਂ ਸਫ਼ਰ ਕੀਤਾ ਇਹਦੇ 'ਚ ਹੀ ਕੀਤਾ ਨਾ ਇਹ ਮੁੱਕਣ 'ਚ ਆਇਆ ਸਾਰੇ ਕੰਟਰੀ ਸਾਰੇ ਦੇਸ਼ ਇਹਦੇ ਸਮੁੰਦਰ ਦੇ ਉੱਪਰ ਵੀ ਹੈ ਇਹ ਧਰਤੀ 'ਚ ਵੀ ਹੈ ਇਹ ਆ ਸੱਚਖੰਡ ਇਹਦੇ 'ਚ ਮਾਲਕ ਵੱਸਦਾ ਸੱਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਹੁਣ ਗੁਰਮੁਖ ਪਿਆਰਿਓ ਅਸੀਂ ਇੱਥੇ ਸੱਚਖੰਡ ਦੇ ਵਿੱਚ ਆਉਣਾ ਜਾਣਾ ਬਣਾ ਲਿਆ ਗੁਰਮੁਖ ਦਾ ਆਉਣਾ ਜਾਣਾ ਬਣ ਜਾਂਦਾ ਜੀ ਦਰਗਾਹ ਦੇ ਵਿੱਚ ਸੱਚ ਗਏ ਉਹਦੇ ਬਾਰੇ ਮਹਾਰਾਜ ਦੀ ਬਾਣੀ ਲਿਖਿਆ ਗੁਰਮੁਖ ਆਵੇ ਜਾਵੇ ਨਿਸ਼ੰਗ ਨਿਸ਼ੰਗ ਮਤਲਬ ਕਿ ਜਦੋਂ ਮਰਜ਼ੀ ਜਾਵੇ ਉਹਨੂੰ ਕੋਈ ਰੁਕਾਵਟ ਨਹੀਂ ਹੈ ਜਦੋਂ ਮਰਜ਼ੀ ਚਲਾ ਜਾਵੇ ਜਦੋਂ ਮਰਜ਼ੀ ਆ ਜਾਵੇ ਅਤੇ ਕਿਵੇਂ ਜਾਣਾ ਅੱਖ ਬਣਾਓ ਅਤੇ ਗਏ ਅਤੇ ਉੱਧਰੋਂ ਅੱਖ ਬਣਾਉਣੀ ਹਟਾ ਲਓ ਅਤੇ ਆ ਗਏ ਇੱਧਰ ਆ ਗਏ ਉੱਧਰ ਜਾਣਾ ਤਾਂ ਅੱਖ ਬਣਾ ਲਓ ਚਲੇ ਗਏ ਇੰਨਾ ਕੁ ਟਾਈਮ ਲੱਗਦਾ ਅਗਰ ਅਸੀਂ ਆਉਣਾ ਜਾਣਾ ਨਾ ਬਣਾਇਆ ਸਾਡਾ ਪ੍ਰਭੂ ਮਿਲਾਪ ਨਾ ਹੋਇਆ ਤਾਂ ਅੰਤਮ ਸਮੇਂ ਕਾਲ ਜਿਹੜਾ ਸ਼ੁਰੂ ਤੋਂ ਲੈ ਕੇ ਆਪਾਂ ਕਾਲ ਵੱਸ ਪਏ ਹੋਏ ਸੀਗੇ ਸਭ ਜੱਗ ਬੰਧਿਓ ਕਾਲ ਕੋ ਬਿਨ ਗੁਰ ਕਾਲ ਅਫਾਰ ਵੀ ਸਾਰਾ ਜੱਗ ਦੇ ਜਿੰਨੇ ਮਨ ਨੇ ਸਾਰੇ ਕਾਲ ਨੇ ਆਪਦੇ ਕੰਟਰੋਲ 'ਚ ਬੰਨੇ ਹੋਏ ਆ ਕੰਟਰੋਲ 'ਚ ਕੀਤੇ ਹੋਏ ਆ ਹੁਣ ਜੇ ਤਾਂ ਅਸੀਂ ਨਿਕਲਣਾ ਸਿੱਖ ਗਏ ਕਾਲ ਦੇ ਲਾਗੇ 'ਚੋਂ ਤਾਂ ਵਧੀਆ
ਨਹੀਂ ਤਾਂ ਫਿਰ ਕਿਸੇ ਦੀ ਹਾਲਤ ਮਨ ਨੂੰ ਜਿੱਥੇ ਮਨ ਨੇ ਹਲੀਮੀ ਰਾਜ ਕਰਨਾ ਸੀ, ਮਨ ਨੇ ਧਰਮੀ ਰਾਜਾ ਬਣਨਾ ਸੀ, ਸਮਝੋ ਨਾ, ਧਰਮੀ ਰਾਜਾ ਵੀ ਨਿਆਂ ਕਰਨਾ ਸੀ, ਬਿਲਕੁਲ ਸਹੀ ਰਾਜਾ ਬਣਨਾ ਸੀ। ਉੱਥੇ ਫਿਰ ਕਾਲ ਨੇ ਮਨ ਦੀ ਕੀ ਹਾਲਤ ਬਣਾ ਦਿੱਤੀ ਵੀ ਇਹਨੂੰ ਅੰਤਮ ਸਮੇਂ ਇੱਥੋਂ ਨਿਕਲ ਨਾ ਸਕੇ, ਇਸ ਤਰ੍ਹਾਂ ਦੇ ਇਹਨੂੰ ਵਿਚਾਰਾਂ ਦੇ ਵਿੱਚ ਪਾ ਦਿੱਤਾ। ਤਾਂ ਕਿਸ ਤਰ੍ਹਾਂ ਦੀ ਘੇਰਾਬੰਦੀ ਕੀਤੀ ਗਈ ਪੁਰਾਣੇ ਸਮੇਂ ਦੇ ਵਿੱਚ, ਜਦੋਂ ਰਾਜੇ ਮਹਾਰਾਜਿਆਂ ਦਾ ਰਾਜ ਹੁੰਦਾ ਸੀ, ਉਹਨਾਂ ਦੇ ਮਨ 'ਚ ਵੀ ਇੱਕ ਡਰ ਹੁੰਦਾ ਸੀ ਵੀ ਕੋਈ ਹਮਲਾ ਨਾ ਕਰ ਦੇ, ਜਿੱਥੇ ਮੇਰੀ ਰਿਹਾਇਸ਼ ਹੈ ਕਿਤੇ ਸੁੱਤਿਆਂ ਪਿਆ ਕੋਈ ਹਮਲਾ ਨਾ ਕਰ ਦੇ। ਤਾਂ ਕੀ ਕਰਦੇ ਸੀ, ਉਹ ਇੱਕ ਜਿਵੇਂ ਕੁਛ ਏਰੀਆ ਲੈ ਲਿਆ, 5 ਕਿੱਲੇ ਲੈ ਲਏ, 5 ਕਿੱਲਿਆਂ ਦੇ ਉੱਪਰ ਦੀ ਉਹਨਾਂ ਨੇ ਦੀਵਾਰ ਮਾਰਤੀ। ਦੀਵਾਰ ਮਾਰ ਕੇ ਫਿਰ ਕੀ ਕਰਦੇ ਸੀ, ਇੱਕ ਸੂਆ ਪੱਟਦੇ ਸੀ, ਨਹਿਰ, ਉਹਦੇ 'ਚ ਪਾਣੀ ਛੱਡਦੇ ਸੀ ਵੀ ਕੋਈ ਆ ਨਾ ਸਕੇ। ਅਤੇ ਜਿਹਦੇ ਜ਼ਿਆਦਾ ਡਰ ਹੁੰਦਾ ਸੀ ਉਹ 2 ਨਹਿਰਾਂ ਪੱਟਦਾ ਸੀ, ਇੱਕ ਕੰਧ ਪਹਿਲਾਂ ਕੀਤੀ, ਫਿਰ ਨਹਿਰ ਪੱਟੀ, ਫਿਰ ਕੰਧ ਕੀਤੀ, ਫਿਰ ਨਹਿਰ, ਪਾਣੀ ਛੱਡਤਾ ਵੀ ਉਹਦੇ 'ਚ ਵੀ ਅੰਦਰ ਨਾ ਕੋਈ ਆ, ਇੰਨਾ ਸਖਤ। ਇਸ ਤਰ੍ਹਾਂ ਦਾ ਮਾਇਆ ਨੇ, ਕਾਲ ਨੇ ਵੀ ਮਨ ਨੂੰ ਕੈਦ ਕੀਤਾ ਆ, ਹੰਕਾਰੀ ਰਾਜਾ ਬਣ ਗਿਆ ਇਹ ਹਉਮੈ ਦੇ ਵਿੱਚ। ਅਤੇ ਅੰਤਮ ਸਮੇਂ ਧਰਮ ਰਾਏ ਨੂੰ ਮਾਲਕ ਡਿਊਟੀ ਲਾਉਂਦਾ ਹੈ ਵੀ ਮੇਰੇ ਰਾਜੇ ਪੁੱਤ ਨੂੰ, ਰਾਜੇ ਮਨ ਨੂੰ ਕਾਲ ਦੇ ਕੈਦਖਾਨੇ 'ਚੋਂ ਛੁਡਾ ਕੇ ਲਿਆ। ਅਤੇ ਧਰਮ ਰਾਏ ਜਦੋਂ ਦੇਖਦਾ ਉੱਪਰ ਥੱਲੇ, ਅਤੇ ਉਹ ਫਿਰ ਕਹਿੰਦਾ ਨਹੀਂ ਮਹਾਰਾਜ, ਮੈਂ ਨਹੀਂ ਛੁਡਾ ਸਕਦਾ। ਉਹ ਸੀਨ ਖਿੱਚਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ, ਕਹਿੰਦੇ ਮੈਂ ਨਹੀਂ ਛੁਡਾ ਸਕਦਾ ਵੀ ਉਹ ਤਾਂ ਕਾਲ ਨੇ ਬੜਾ ਤਗੜਾ ਪ੍ਰਬੰਧ ਕੀਤਾ ਹੋਇਆ, ਮੇਰੇ ਤੋਂ ਮੁਸ਼ਕਲ ਆ ਕਿਲ੍ਹੇ ਦੇ ਵਿੱਚੋਂ ਮਨ ਨੂੰ ਛੁਡਾ ਕੇ ਲਿਆਉਣਾ। ਉਹ ਫਿਰ ਕਿਸ ਤਰ੍ਹਾਂ ਦਾ ਸੀਨ ਖਿੱਚਿਆ, ਮਨ ਕਿਵੇਂ ਬੈਠਾ, ਕੀ ਕੁਛ ਕਰ ਰਿਹਾ, ਕਿਸ ਤਰ੍ਹਾਂ ਦੇ ਉਹਦੇ ਕੱਪੜੇ ਪਾਏ ਨੇ, ਕਿਸ ਤਰ੍ਹਾਂ ਦਾ ਉਹਨੇ ਤੀਰ ਫੜਿਆ ਹੋਇਆ, ਹੈ ਨਾ, ਇਹ ਸਾਰੇ ਦਾ ਸਾਰਾ ਸੀਨ ਹੁਣ ਮੈਂ ਇੱਕ ਸ਼ਬਦ ਪੜ੍ਹਦਾ ਉਹਦੇ ਦੇ ਵਿੱਚ ਆਉਂਦਾ। ਉਹ ਫਿਰ ਧਰਮ ਰਾਏ ਅਤੇ ਕਾਲ ਦਾ ਜਦੋਂ ਫਾਈਟ ਹੁੰਦੀ ਆ, ਅਤੇ ਉਦੋਂ ਪਹਿਲਾਂ ਉਹਦੀ ਹਾਲਤ ਬਿਆਨ ਕਰਦਾ, ਉਹ ਕਿਲ੍ਹੇ ਦਾ ਵੇਰਵਾ ਦਿੰਦਾ, ਮਨ ਦਾ ਵੇਰਵਾ ਦਿੰਦਾ ਵੀ ਮਹਾਰਾਜ ਵੀ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਕਾਲ ਨੇ ਵੀ ਮੇਰੀ ਹਿੰਮਤ ਨਹੀਂ, ਮੇਰੀ ਅਸਮਰਥਾ ਨਹੀਂ ਹੈਗੀ ਕਿ ਮੈਂ ਉੱਥੋਂ ਛੁਡਾ ਲਿਆਵਾਂ। ਅਤੇ ਕੀ ਬਿਆਨ ਕਰਦਾ ਧਰਮ ਰਾਏ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਇਹ ਹੁਣ ਮਹਾਰਾਜ ਦੀ ਬਾਣੀ ਦੇ ਵਿੱਚ ਸ਼ਬਦ ਲਿਖਿਆ, ਕਹਿੰਦੇ ਕਿਉਂ ਲੀਜੈ ਗੜ ਬੰਕਾ ਭਾਈ। ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਹੈ ਜੀ, ਕਿਉਂ ਲੀਜੈ ਗੜ ਬੰਕਾ ਭਾਈ, 2 ਵਰ ਕੋਟ 3 ਵਰ ਖਾਈ। 2 ਕੰਧਾਂ ਕੀਤੀਆਂ, 3 ਖਾਲੀਆਂ ਪੱਟੀਆਂ ਨੇ, ਪਾਣੀ ਛੱਡਿਆ। 2 ਵਰ ਕੋਟ 3 ਵਰ ਖਾਈ ਰਹਾਓ, 5-25 ਸਮੋਹ ਮੱਧ ਮਸਤਰ, ਆਡੀ ਪ੍ਰਬਲ ਮਾਇਆ। ਵੀ ਬੜਾ ਤਕੜਾ ਪ੍ਰਬੰਧ ਕੀਤਾ ਹੋਇਆ ਮਾਇਆ ਨੇ, ਮਾਇਆ ਮੀਨਜ ਕਾਲ ਨੇ। ਫਿਰ ਅੱਗੇ ਦੱਸਦੇ ਨੇ, ਕਹਿੰਦੇ ਜਨ ਗਰੀਬ ਕੋ ਜ਼ੋਰ ਨਾ ਪਹੁੰਚੇ। ਕਹਿੰਦਾ ਮਹਾਰਾਜ ਮੇਰਾ ਉੱਥੇ ਗਰੀਬ ਦਾ ਕੀ ਜ਼ੋਰ ਚੱਲਣਾ, ਐਡੇ ਤਕੜੇ ਪ੍ਰਬੰਧ। ਜਨ ਗਰੀਬ ਕੋ ਜ਼ੋਰ ਨਾ ਪਹੁੰਚੇ, ਕਹਾਂ ਕਰੋ ਰਗਰਾਇਆ। ਫਿਰ ਅੱਗੇ ਹੁਣ ਸੀਨ ਖਿੱਚਣ ਲੱਗੇ ਨੇ, ਕਹਿੰਦੇ ਕਾਮ ਕੁਵਾਰੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ। ਪਾਪ ਅਤੇ ਪੁੰਨ ਦਾ ਦਰਵਾਜ਼ਾ ਲੱਗਿਆ ਹੋਇਆ, ਦੁੱਖ ਸੁੱਖ ਦਰਵਾਨੀ ਖੜ੍ਹੇ ਨੇ। ਫਿਰ ਅੱਗੇ ਦੱਸਦੇ ਨੇ ਕ੍ਰੋਧ ਪ੍ਰਧਾਨ, ਕ੍ਰੋਧ ਦੇ ਵਿੱਚ ਆ, ਉੱਥੇ ਕ੍ਰੋਧ ਪ੍ਰਧਾਨ ਹੋਇਆ ਆ। ਆਮ ਘਰਾਂ ਦੇ ਵਿੱਚ ਜਿਹਦੇ 'ਤੇ ਕ੍ਰੋਧ, ਕਈਆਂ ਨੂੰ ਕ੍ਰੋਧ ਆਉਂਦਾ ਨਾ, ਜ਼ਿਆਦਾ ਗੁੱਸਾ ਆਉਂਦਾ। ਕ੍ਰੋਧ ਪ੍ਰਧਾਨ ਮਹਾਂ ਬਣਦੰਤਰ, ਤੈ ਮਨ ਮਵਾਸ਼ੀ ਰਾਜਾ। ਫਿਰ ਕਿਸ ਤਰ੍ਹਾਂ ਦੇ ਕੱਪੜੇ ਪਾਏ ਨੇ, ਕਹਿੰਦੇ ਸਵਾਦ ਸਨੋਹ, ਸਵਾਦਾਂ ਦਾ ਕੱਪੜਾ ਪਾਇਆ ਹੋਇਆ। ਸਵਾਦ ਸਨੋਹ ਸਨਾ ਟੋਪ ਮਮਤਾ, ਮਮਤਾ ਦੀ ਟੋਪੀ ਪਾਈ ਹੋਈ ਹੈ। ਕੋ ਕੁਬੁੱਧ ਕਮਾਨ ਚੜ੍ਹਾਈ, ਤ੍ਰਿਸ਼ਨਾ ਤੀਰ ਰਹੇ ਘੱਟ ਭੀਤਰ, ਘੱਟ ਸਰੀਰ ਇਹਦੇ ਵਿੱਚ, ਤ੍ਰਿਸ਼ਨਾ ਤੀਰ ਰਹੇ ਘੱਟ ਭੀਤਰ, ਇਉਂ ਗੜ ਲਈਓ ਨਾ ਜਾਈ। ਕਹਿੰਦਾ ਮਹਾਰਾਜ ਮੇਰੇ ਤੋਂ ਇਹ ਗੜ ਨਹੀਂ ਜਿੱਤਿਆ ਜਾਣਾ। ਦੇਖੋ ਇਹ ਧਰਮ ਰਾਏ ਦੀ ਡਿਊਟੀ ਲੱਗਦੀ ਹੈ ਅੰਤਮ ਸਮੇਂ। ਫਿਰ ਅੱਗੇ ਹੋਰ ਦੱਸ ਦਿੰਦੇ ਹਾਂ ਤੁਹਾਨੂੰ। ਫਿਰ ਮਾਲਕ ਕਹਿੰਦਾ ਵੀ ਨਹੀਂ, ਤੈਨੂੰ ਜਾਣਾ ਪਏਗਾ, ਤੂੰ ਆਪਦੀ ਫੌਜ ਤਿਆਰ ਕਰ, ਤੂੰ ਆਪਦਾ ਹਥਿਆਰ ਚੱਕ, ਅਸਲਾ ਚੱਕ, ਤੈਨੂੰ ਜਾਣਾ ਪਏਗਾ। ਫਿਰ ਕੀ ਕਰਦੇ ਨੇ ਮਨ ਨੂੰ, ਜਿਵੇਂ ਕਈ ਵਾਰੀ ਆਪਾਂ ਪਿਆਰ ਨਾਲ ਨਹੀਂ ਸਿਮਰਨ ਕਰਦੇ, ਵਾਹ
ਉਹਨੂੰ ਕਹਿੰਦੇ ਨੇ ਪ੍ਰੇਮ ਦੇ ਨਾਲ, ਜਿਵੇਂ ਪਟਾਕੇ ਹੁੰਦੇ ਨੇ, ਪਟਾਕੇ ਦੇ ਅੱਗੇ ਉਹ ਲੱਗੀ ਨਹੀਂ ਹੁੰਦੀ ਇੱਕ ਤੂਈ ਜੀ ਜਿਹਨੂੰ ਆਪਾਂ ਅੱਗ ਲਾਉਂਦੇ ਹਾਂ, ਹੈ ਨਾ, ਲੰਬੀ ਜਿਹੀ ਰੱਸੀ ਜਿਹੀ ਹੁੰਦੀ, ਫੀ ਪਲੀਤਾ ਪਲੀਤਾ, ਹਾਂ, ਉਹ ਥੋੜ੍ਹਾ ਜਿਹਾ ਲਾਇਆ ਜਾਂਦਾ ਵੀ ਅੱਗ ਫੜਨ ਵਾਸਤੇ। ਉਹ ਕਹਿੰਦੇ ਪ੍ਰੇਮ ਪਲੀਤਾ, ਪ੍ਰੇਮ ਦਾ ਪਲੀਤਾ ਲਾਉਣਾ ਆਪਾਂ, ਪ੍ਰੇਮ ਪਲੀਤਾ ਸੁਰਤ ਨੂੰ ਹਵਾਈ ਬਣਾਉਣਾ, ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਗਿਆਨ ਸੰਗਤ ਵਿੱਚ ਆਇਆ ਆਪਾਂ ਨੂੰ ਗਿਆਨ ਦਾ ਗੋਲਾ ਚਲਾਇਆ। ਫਿਰ ਅੱਗੇ ਕਹਿੰਦੇ ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਬ੍ਰਹਮ ਅਗਨ ਪ੍ਰਕਾਸ਼ ਹੋ ਗਿਆ, ਕਹਿੰਦੇ ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਏਕੇ ਚੋਟ ਸਜਾਇਆ। ਇੱਕ ਵਾਰੀ ਜਦੋਂ ਆਪਾਂ ਚੋਟ ਮਾਰਦੇ ਨਾ, ਵਾਹ, ਉਹ ਕਿੱਥੇ ਮਾਰਦੇ ਹਾਂ, ਨਾਭੀ ਦੇ ਉੱਤੇ, ਨਾਭ ਘਾਟ 'ਤੇ ਚੋਟ ਵੱਜਦੀ, ਵਾਹ ਗੁਰੂ, ਏਕੇ ਚੋਟ ਸਜਾਇਆ। ਫਿਰ ਕੀ ਕਹਿੰਦੇ ਅੱਗੇ, ਕਹਿੰਦੇ ਹੁਣ ਅੱਗੇ ਵੱਧ, ਕਹਿੰਦੇ ਆਪਦੀ ਫੌਜ ਲੈ ਕੇ, ਧਰਮਰਾਜ ਦੀ ਫੌਜ ਕਿਹੜੀ ਆ, ਸਬਰ ਸੰਤੋਖ ਜਸ, ਇਹ ਫੌਜ ਆ ਉਹਦੀ। ਕਹਿੰਦੇ ਸੱਤ ਸੰਤੋਖ ਲੈ ਲਰਨੇ ਲਾਗਾ, ਸੱਤ ਸੰਤੋਖ ਲੈ ਲਰਨੇ ਲਾਗਾ, ਤੋੜੇ ਦੋਏ ਦਰਵਾਜ਼ਾ। ਵੀ ਉਹ ਜਿਹੜੇ ਦਰਵਾਜ਼ੇ ਸੀ ਜਿੱਥੇ ਇਹਨੂੰ ਕੈਦ ਕੀਤਾ ਸੀ, ਉਹ ਦੋਨੇ ਦਰਵਾਜ਼ੇ ਤੋੜ ਦਿੱਤੇ, ਤੋੜੇ ਦੋਏ ਦਰਵਾਜ਼ਾ। ਕਹਿੰਦੇ ਕਿਵੇਂ ਫੜਿਆ ਫਿਰ ਇਹਨੂੰ, ਸੰਗਤ ਵਿੱਚ ਆ ਕੇ, ਗੁਰੂ ਦੀ ਕਿਰਪਾ ਨਾਲ। ਜਿਵੇਂ ਸੰਗਤ ਵਿੱਚ ਆ ਕੇ ਆਪਾਂ ਖੇਡ ਸਮਝਦੇ ਹਾਂ ਨਾ, ਭੇਤ ਆਉਂਦਾ ਆਪਾਂ ਨੂੰ। ਕਹਿੰਦੇ ਸਾਧ ਸੰਗਤ ਔਰ ਗੁਰ ਕੀ ਕਿਰਪਾ 'ਤੇ, ਸਾਧ ਸੰਗਤ ਔਰ ਗੁਰ ਕੀ ਕਿਰਪਾ 'ਤੇ, ਪਕੜਿਓ ਗੜ ਕੋ ਰਾਜਾ। ਕਹਿੰਦੇ ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਕਿਰਪਾ ਦੁਆਰਾ ਉਹ ਗੜ ਦੇ ਵਿੱਚੋਂ ਰਾਜੇ ਨੂੰ ਫੜ ਲਿਆ, ਆਜ਼ਾਦ ਕਰਾਇਆ। ਫਿਰ ਕੀ ਕਹਿੰਦੇ ਅੱਗੇ, ਭਗਵਤ ਭੀਰ ਸਕ ਸਿਮਰਨ ਕੀ, ਜਦੋਂ ਉਹਨੂੰ ਪਕੜ ਲਿਆ, ਉਹ ਕਹਿੰਦਾ ਵੀ ਮੈਨੂੰ ਹਜੇ ਨਾ ਲੈ ਕੇ ਜਾਓ, ਵੀ ਮੇਰੇ ਗਲ ਦੇ ਵਿੱਚ ਕਾਲ ਨੇ ਫਾਹੀ ਪਾਈ ਹੋਈ ਹੈ, ਅਤੇ ਵੀ ਉਹ ਪਹਿਲਾਂ ਫਾਹੀ ਤਾਂ ਕੱਟੋ, ਅਤੇ ਜਦੋਂ ਆਪਾਂ ਸਲੋਅ ਸਿਮਰਨ ਕਰਦੇ ਹਾਂ, ਵਾ ਵੀ ਜਿਵੇਂ ਗਲ ਦੇ ਵਿੱਚ ਫਾਹੀ ਪਾਈ ਹੋਵੇ, ਰੱਸੀ ਪਾਈ ਹੋਵੇ, ਪੂਰੀ ਪੂਰੀ ਟਾਈਟ ਹੋਵੇ, ਅਤੇ ਆਪਾਂ ਕਹਿੰਦੇ ਹਾਂ ਗਲ ਦੇ ਉੱਤੇ ਜ਼ਖਮ ਨਾ ਹੋ ਜਾਏ, ਗਲ ਨੂੰ ਮਾਸ ਨੂੰ ਟੱਕ ਨਾ ਲੱਗਦੇ, ਹੌਲੀ 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 ਕੱਟਦੇ ਹਾਂ ਆਪਾਂ। ਇਸ ਤਰ੍ਹਾਂ ਉਹ ਸਮਝਾਉਣਾ ਕੀਤਾ ਮਹਾਰਾਜ ਨੇ ਬਾਣੀ ਦੇ ਵਿੱਚ ਆਪਾਂ ਨੂੰ। ਕਹਿੰਦੇ ਭਗਵਤ ਭੀਰ ਸਕਤ ਸਿਮਰਨ ਕੀ, ਕਾਟੀ ਕਾਲ ਪੈ ਫਾਸੀ, ਕਹਿੰਦੇ ਜਿਹੜੀ ਕਾਲ ਨੇ ਫਾਹੀ ਪਾਈ ਹੋਈ ਸੀ ਗਲ ਦੇ ਵਿੱਚ, ਉਹ ਕੱਢ ਦਿੱਤੀ। ਦਾਸ ਕਮੀਰ ਚੜ੍ਹਿਓ ਗੜ ਉੱਪਰ, ਗੜ ਮੀਂਦਾ ਸਰੀਰ ਤੋਂ ਉੱਪਰ ਹੈ ਨਾ ਮਾਲਕ, ਦਾਸ ਕਮੀਰ ਗੜਿਓ ਚੜ੍ਹਿਓ ਗੜ ਉੱਪਰ, ਰਾਜ ਲਿਓ ਅਵਿਨਾਸੀ, ਕਹਿੰਦੇ ਅਵਿਨਾਸੀ ਰਾਜ ਮਿਲ ਗਿਆ ਆਪਾਂ, ਅਵਿਨਾਸੀ ਰਾਜ, ਮਾਲਕ ਸਾਡਾ ਅਵਿਨਾਸੀ ਹੈ ਨਾ, ਅਵਿਨਾਸੀ ਪੁਰਖ ਪਾਇਆ ਪਰਮੇਸ਼ੁਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਕਹਿੰਦੇ ਫਿਰ ਮਨ ਨੂੰ ਅਵਿਨਾਸੀ ਰਾਜ ਦੀ ਪ੍ਰਾਪਤੀ ਹੋ ਗਈ, ਔਰ ਉਹਨੂੰ ਪਤਾ ਲੱਗ ਗਿਆ ਕਿ ਮੈਂ ਰਾਜਾ ਹਾਂ, ਆਪਾਂ ਨੂੰ ਪਤਾ ਹੀ ਨਹੀਂ ਵੀ ਆਪਾਂ ਰਾਜੇ ਹਾਂ। ਕਾਇਆ ਨਗਰੀ ਇਹ ਮਨ ਰਾਜਾ, ਮਨ ਕਾਇਆ ਕੋਟ, ਕਾਇਆ ਕੋਟ ਗੜੇ ਮੈਂ ਰਾਜਾ, ਨੈਬ ਖਵਾਸ ਭਲਾ ਦਰਵਾਜ਼ਾ। ਅਤੇ ਜਦੋਂ ਇਹ ਭੇਤ ਖੁੱਲ੍ਹਿਆ, ਫਿਰ ਪਤਾ ਲੱਗਿਆ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਕਹਿੰਦੇ ਹੁਣ ਜਾਣੀ ਕਹਾਣੀ, ਇਹ ਕਹਾਣੀ ਪਿਓ ਪੁੱਤ ਦੀ ਹੈ, ਪੁੱਤ ਹੈਗਾ ਰਾਜਾ ਅਤੇ ਮਾਲਕ ਨੂੰ ਰਾਮ ਕਿਹਾ ਗਿਆ, ਰਾਮ ਚੰਦਰ ਨੂੰ ਨਹੀਂ ਕਿਹਾ ਗਿਆ, ਰਾਮ ਚੰਦਰ ਦਸ਼ਰਥ ਜੀ ਦੇ ਬੇਟੇ ਹੋਏ ਨੇ, ਗੁਰਮੁਖ ਹੋਏ, ਅਵਤਾਰ ਹੋਏ ਨੇ, ਲੇਕਿਨ ਜੋ ਰਾਮ ਘੱਟ ਘੱਟ ਵਿੱਚ ਹੈ ਨਾ, ਸਾਰੇ ਘਟਾਂ ਦੇ ਵਿੱਚ ਸਭ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋਈ ਬੋਲੇ, ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੱਲ ਕੀਤੀ ਗਈ ਹੈ, ਅਤੇ ਉਹ ਦੇ ਨਾਲ ਸਾਡਾ, ਉਹ ਸਾਡਾ ਪਿਤਾ ਹੈ। ਅਤੇ ਕਹਿੰਦੇ ਉਹ ਕਹਾਣੀ ਨੂੰ ਫਿਰ ਜਾਣਿਆ, ਅਤੇ ਜਿਵੇਂ ਇੱਧਰ ਕੋਈ ਰਾਜਾ ਹੋਵੇ ਦ੍ਰਿਸ਼ਮਾਨ ਰੂਪ ਦੇ ਵਿੱਚ, ਅਤੇ ਉਹਨੂੰ ਆਪਦੇ ਸਿੰਘਾਸਨ ਦੇ ਉੱਤੇ ਬੈਠੇ ਨੂੰ ਨੀਂਦ ਆ ਜਾਵੇ, ਅੱਖ ਲੱਗ ਜਾਵੇ, ਅਤੇ ਉਹ ਭਿਖਾਰੀ ਸੁਪਨਾ ਚੱਲੇ, ਸੁਪਨੇ ਦੇ ਵਿੱਚ ਭਿਖਾਰੀ ਬਣਿਆ ਹੋਵੇ, ਮੰਗਦਾ ਹੋਵੇ, ਲੇਕਿਨ ਮੌਕੇ ਦਾ ਰਾਜਾ ਹੈ, ਅੱਖ ਲੱਗ ਗਈ ਹੁੰਦੀ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ, ਕਾਲ ਅਤੇ ਕਾਲ ਦੇ ਦੂਤ ਕਾਮ ਕਰੋ ਲੋਮੋ ਹੰਕਾਰ ਸਾਡੇ ਮਨ ਦੀ ਇਹ ਹਾਲਤ ਕਰ ਦਿੰਦੇ ਆ, ਮੌਕੇ ਦਾ ਰਾਜਾ ਲੇਕਿਨ ਮੰਗਤਾ ਬਣਾਤਾ, ਮੌਕੇ ਦਾ ਰਾਜਾ ਲੇਕਿਨ ਇਹਦੇ ਵੱਸ ਪੈਣ ਕਰਕੇ ਇਹਨੇ ਬੰਦੀਖਾਨੇ 'ਚ ਕੈਦ ਕਰ ਲਿਆ ਮਨ ਨੂੰ, ਅਤੇ ਰਾਜ ਆਪ ਕਰਨ ਲੱਗੇ, ਰੂਲ ਆਪ ਕਰਨ ਲੱਗੇ। ਇਹਨਾਂ ਨੇ ਐਸਾ ਗੰਦਾ ਰਾਜ ਕੀਤਾ ਕਿ ਦੁਨੀਆ ਦੇ ਉੱਤੇ ਜ਼ੁਲਮ ਵੱਧ ਗਿਆ।
सच्चे बंदे की सुनवाई कोई नहीं हो रही हो रही है जी। जिंदे मन को कैद किया है तो ये पंजे जाने ये राज करते हैं तो लड़ाइया झगड़े करवाते हैं। कहो कबीर पांचों का झगड़ा झगड़त जन्म गवाया। घर तो लैके देशों तक जोड़े झगड़े ने कौन करवा यही पंजे करवाते हैं। उन्होंने भी ये पांच ने अपने भी ये पांच ने। यह तो आप कई बार बड़ा नखेड़ के दस धी भी है पुत भी है माँ भी है पिता भी है भैन भी है भरा भी है काम करो लो मुकार सारिया के अंदर आ तो दूजे देशों के भी इंसान ने उन्होंने भी है तो उधरों जो उन्हों का क्रोध ज्यादा ज़्यादा हैवी हो जाता प्रबल हो जाता क्रोध तो उदों फिर लड़ाइया झगड़े देशों की जंग लग जाती एक देश दूसरे देश से हमला कर देता इन्हां दे पंजां दे वस पए हुए झगड़ा करते हैं तो जिहड़े इन्हां दे पंजां तो जीते हुए ने इन्हां पंजां ते फतेह पाई हुई जिन्हां ने वो कभी किसी का झगड़ा नहीं कराते वो झगड़े को निजिठ देंदे ने राजीनामा करा देंदे ने झगड़ा नहीं कराते। सो महाराज की बाणी च लिखिया शब्द कहिंदे नरपत एक सिंघासन सोया नरपत एक सिंघासन सोया सुपने पिया पखारी अस राज बिसरत दुख पाया सो गत पई हमारी। कहिंदे वो हालत हो गई साडी वी मौके दा राजा है राजे नूं नींद आ गई नींद विच मंगता बन गया ते आपां वी सारे मंगते बने हुए सी। आपां पहलां जांदे गुरु ग्रंथ साहिब जी दे कोले सी लेकिन गुरु ग्रंथ साहिब महाराज जो कहिंदे सी वी आह मंग पुत ओह मंगिया ही नहीं। जिहड़ा मालक कोले सी ओह सी नाम की मंगना सी नाम विण तो दो होर जे मंगना सिर दुखा के दुख दे नाम संतोखिया उतरे मन की भुख। नाम कभी मंगया नहीं वो चीज़ा मंगिया जिहड़िया मालक ने काल नूं दित्तियां ते फिर काल तो मंगदे सी की कुछ दिता काल नूं खंड पताल दीप सब लोहा काले के वस आप प्रभ किया। जिहड़े काल दे वस कीतियां चीज़ा पलाट जमीन पैसा तेला है ना बाहरी चीज़ा ये कालवासी यही मंगते सके भी महाराज आह मिल जाए आह मिल जाए वह मिल जाए वह मिल जाए तो काल तो मंगते मालिक कहता भी देखो आया मेरे को मेरे तो कुछ मंगता ही नहीं नौकर तो मंगता। ठाकर छोड़ दासी को सिमरे मनमुख अंध अग्ञाना हर की भगत करे तिन निंदे नगुरा पशु समाना। कहते भी खड़ा साढ़े सामने आ मंगता नौकर तो हाँ कहते पशुआ समान इस करके आप कुछ नहीं मंगना दुनियावी चीज़ कोई नहीं मंगनी उन्होंने पता है भी मेरे पुत नूं इस चीज़ की लोड़ है पर कह नहीं रहा लोड़ है पर मंग नहीं रहा उत्थे फिर आप पास हो जाने उत्थे आप मालिक सानू पास कर दिंदा भी लोड़ बहुत ज़्यादा नहीं सरदा पर मंग नहीं रहा दुनियावी चीज़ तो जदों भी मंगेगा की मंगेगा नाम महाराज नाम की कृपा करो नाम की कृपा औखे दिन कट लेगा लेकिन काल तो नहीं मंगेगा आपके पिता तो मंगेगा तो पिता को नाम तो फिर जो वह देखता है कि बच्चा हुण बहुत इंतहा हो गई भी हुण औखा हो गया हुण तो जेब च कुछ रह भी नहीं गया किराया भी नहीं रह गया फिर वो कोई ना कोई विधि अपना आवाज़ मार के मिलता है ना एडा भरोसा उन्दे ते रखिए असी पर बनता नहीं भरोसा उन्दे ते क्यों नहीं बनता क्योंकि वह दिसदा नहीं इन्हां अखां नाल दिसदा नहीं जदों असी मन दी अख द्वारा देख लिया तो फिर भरोसा एडा बन जाएगा फिर निक्के निक्के प्रैक्टिकलों तो वड्डे वड्डे प्रैक्टिकल होणगे तुहाडे च जरन शक्ति आ जाएगी बहुत तगड़े तगड़े प्रैक्टिकल वाहिगुरू तुसीं दंग रह जाओगे महाराज तू इत्थे भी वरत गया तू इतों भी बचा गया मैनू तू इतें मेरी इज्जत रख गया ऐ वरतदा फिर वह इस करके वो एक नाल प्यार पाओ कि पाओ जी सभना जिया का एक दाता करन कारण प्रभ एक है दूसर ना ही कोई नानक दिस बलिहार ने जल थल मही अल सोए उस एक नाल प्यार पाओ पता नहीं कदों श्वासों की पूंजी खत्म हो जानी। इस करके हैजे भी आप जे कही भी आह कर लीए वह जोड़ लीए वह जोड़ लीए रोटी पानी चल रहा जुड़ जुड़ा हो रहा सहिंदा सहिंदा तो फिर मालिक नूं मिलो अपने कोले तां कितना कुछ सहूलतां दित्तियां महाराज ने कपड़े भी दिन च दो दो बदल लैंदे आ हां जी
ਸਕੂਟਰ ਵੀ ਮਿਲ ਗਏ, ਗੱਡੀਆਂ ਵੀ ਮਿਲ ਗਈਆਂ, ਘਰਾਂ 'ਚ ਏ ਸੀ ਵੀ ਲੱਗ ਗਏ, ਪੱਖੇ ਵੀ ਆ ਗਏ। ਪੁਰਾਣੇ ਸਮੇਂ 'ਚ ਮਾਰੋ ਹਾਂ ਨਿਗਾ, ਇੱਕ ਕੁੜਤਾ ਪਜਾਮਾ ਕੋਈ ਬਣਾਉਂਦਾ ਸੀ, ਚਾਦਰਾ ਕੁੜਤਾ, ਦੂਜਾ ਪੱਗ ਲੈਂਦਾ, ਤੀਸਰਾ ਜੋੜਾ ਲੈਂਦਾ ਸੀ, ਸਾਰੇ ਜਣੇ ਵਾਰੀ ਵਾਰੀ ਇੱਕ ਦੂਜੇ ਤੋਂ ਮੰਗ ਕੇ ਵਿਆਹ ਵੇਖ ਲੈਂਦੇ। ਅਤੇ ਵਿਆਹ ਚੱਲਦੇ ਹੁੰਦੇ ਸੀ ਮਹੀਨਾ ਮਹੀਨਾ, ਪੰਜ ਦਿਨ ਪਹਿਲਾਂ ਇੱਕ ਚਲਾ ਗਿਆ, ਉਹ ਸਾਰੇ ਤੋਂ ਜੇ ਕਿਸੇ ਤੋਂ ਜੋੜਾ ਮੰਗ ਲਿਆ, ਕਿਸੇ ਤੋਂ ਪੱਗ ਮੰਗ ਲਈ, ਉਹਦੇ ਕੋਲ ਆਪਦੇ ਕੋਲ ਚਾਦਰਾ ਕੁੜਤਾ ਹੈਗਾ, ਪਾ ਕੇ ਚਲਾ ਗਿਆ। ਪੰਜਾਂ ਦਿਨਾਂ ਬਾਅਦ ਉਹ ਆ ਗਿਆ, ਫਿਰ ਦੂਸਰੇ ਨੇ ਉਹੀ ਕੱਪੜੇ ਪਾਏ, ਉਹ ਚਲਾ ਗਿਆ। ਇਹੋ ਜਿਹੇ ਹਾਲਾਤ ਸੀ ਉਹਨਾਂ ਦਿਨਾਂ ਦੇ ਵਿੱਚ, ਭਗਤਾਂ ਨੇ ਇਹੋ ਜਿਹੇ ਹਾਲਾਤਾਂ 'ਚ ਭਗਤੀ ਕਰ ਲਈ। ਅਤੇ ਸਾਡੇ ਕੋਲ ਤਾਂ ਕਿੰਨਾ ਕੁਛ ਆ, ਸਾਬਣ ਸ਼ੈਂਪੂ ਰੋਜ਼ ਨਹਾਉਂਦੇ ਹਾਂ, ਏ ਸੀ ਲੱਗੇ, ਅਤੇ ਫਿਰ ਵੀ ਜੇ ਨਾ ਕਰੀਏ ਤਾਂ ਫਿਰ ਗੁਨਾਹਗਾਰ ਆਪਾਂ ਹਾਂ। ਮਾਲਕ ਨੇ ਤਾਂ ਕੋਈ ਕਮੀ ਨਹੀਂ ਛੱਡੀ, ਅਤੇ ਫਿਰ ਹਰ ਵਕਤ ਉੱਠਦੇ ਬਹਿੰਦੇ ਉਹਨੂੰ ਭੁੱਲੋ ਨਾ, ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਈਏ। ਦੇਖੋ ਊਂ ਵੀ ਤਾਂ ਤੁਰਦੇ ਫਿਰਦੇ ਹਾਂ, ਅਤੇ ਕੰਮ ਕਾਰ ਕਰਦੇ ਤੁਰਦੇ ਫਿਰਦੇ ਕੀ ਕਹਿਣਾ, ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ। ਅਤੇ ਜਦੋਂ ਵਿਹਲੇ ਹੋ ਗਏ ਉਦੋਂ ਅੱਖਾਂ ਬੰਦ ਕਰਕੇ, ਚਾਹੇ ਕੁਰਸੀ 'ਤੇ ਬਹਿ ਜਾਓ, ਚਾਹੇ ਸੋਫੇ 'ਤੇ ਬਹਿ ਜਾਓ, ਬੈੱਡ 'ਤੇ ਬਹਿ ਜਾਓ, ਅੱਖਾਂ ਬੰਦ ਕਰਕੇ ਸਾਹਮਣੇ ਦੇਖਦੇ ਹੋਏ ਸਿਮਰਨ ਕਰੋ, ਵਾਹਿਗੁਰੂ। ਕਰਦਿਆਂ ਕਰਦਿਆਂ ਨੀਂਦ ਆ ਜੇ, ਸੌਂ ਜਾਓ। ਵਿਹਲੇ ਆਪਾਂ ਸੌਂ ਹੀ ਜਾਂਦੇ ਹਾਂ ਨਾ, ਜੇ ਕਿਤੇ ਨਾ ਜਾਣਾ ਹੋਵੇ ਤਾਂ ਰੈਸਟ ਕਰ ਲੈਂਦੇ ਹਾਂ। ਊਂ ਵੀ ਤਾਂ ਰੈਸਟ ਕਰਨੀ ਸੀ, ਵਿਚਾਰਾਂ 'ਚ ਪੈਣਾ ਸੀ, ਅਤੇ ਸਿਮਰਨ ਕਰਕੇ ਸੌਂ ਜਾਓ। ਅਤੇ ਕਿੰਨਾ ਧਨ ਸਾਡਾ ਜਮ੍ਹਾਂ ਹੋਏਗਾ, ਕਿਹੜਾ ਧਨ ਜੀ, ਸਵਾਸਾਂ ਦਾ ਧਨ। ਸਵਾਸਾਂ ਰੂਪੀ ਪੂੰਜੀ ਇੰਨੀ ਜਮ੍ਹਾਂ ਹੋ ਜਾਏਗੀ ਕਿ ਮਾਲਕ ਦੇਖੇਗਾ ਕਿ ਮੇਰੇ ਬੱਚੇ ਨੇ ਬਹੁਤ ਧਨ ਜਮ੍ਹਾਂ ਕਰਾ ਲਿਆ, ਹੁਣ ਇਹਦਾ ਹੱਕ ਬਣਦਾ, ਇਹਨੂੰ ਹੁਣ ਨਾਮ ਧਨ ਦਿੱਤਾ ਜਾ ਸਕਦਾ। ਫਿਰ ਮਾਲਕ ਖੁਸ਼ ਹੋ ਕੇ ਨਾਮ ਧਨ ਦਿੰਦਾ, ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਫਿਰ ਅਸੀਂ ਵੱਡੇ ਭਾਗਣੇ ਦੀ ਲਿਸਟ ਵਿੱਚ ਆ ਜਾਵਾਂਗੇ, ਜਿੱਦਣ ਸਾਨੂੰ ਮਾਲਕ ਨੇ ਨਾਮ ਧਨ ਦਿੱਤਾ। ਅਤੇ ਨਾਮ ਧਨ ਕਿੰਨਾਂ ਨੂੰ ਮਿਲਿਆ ਤੁਹਾਡੇ 'ਚੋਂ, ਜਿਨ੍ਹਾਂ ਨੂੰ ਅਨਹਦ ਸ਼ਬਦ ਸੁਣਦਾ ਕੰਨਾਂ ਦੇ ਵਿੱਚ, ਆਵਾਜ਼ ਬਿੰਡੇ ਦੀ ਤਰ੍ਹਾਂ, ਟਿੱਡੀ ਦੀ ਤਰ੍ਹਾਂ ਚੱਲਦੀ ਜਿਹੜੀ ਆਵਾਜ਼, ਉਹ ਆਵਾਜ਼ ਜਿਹੜੀ ਹੈ ਉਹ ਮਾਲਕ ਦੀ ਆਵਾਜ਼ ਹੈ, ਕਹਿਣਾ ਪੈਂਦਾ ਇੱਕ ਬਾਹਰਲੇ ਆਵਾਜ਼ ਨਾਲ ਮਿਲਾ ਕੇ। ਅਤੇ ਜੇ ਉਹ ਆਵਾਜ਼ ਤੁਹਾਨੂੰ ਸੁਣ ਰਹੀ ਆ ਤਾਂ ਸਮਝ ਲਓ ਤੁਹਾਨੂੰ ਯਕੀਨ ਆ ਗਿਆ, ਸੰਗਤ ਵਿੱਚ ਆ ਕੇ ਤਾਂ ਸਮਝ ਲਓ ਮਾਲਕ ਨੇ ਤੁਹਾਨੂੰ ਨਾਮ ਧਨ ਦਿੱਤਾ, ਠੀਕ ਹੈ। ਅਤੇ ਇਸ ਕਰਕੇ ਗੁਰਮੁਖ ਪਿਆਰਿਓ, ਉਹ ਨਾਮ ਧਨ ਦੀ ਪ੍ਰਾਪਤੀ ਵਾਸਤੇ ਸਾਨੂੰ ਸਿਮਰਨ ਕਰਨਾ ਪਏਗਾ, ਅਤੇ ਵਾਰ ਵਾਰ ਮਾਲਕ ਤੋਂ ਨਾਮ ਧਨ ਹੀ ਮੰਗਣਾ ਪਏਗਾ, ਨਾਮ ਹੀ ਮੰਗਣਾ ਪਏਗਾ, ਹੋਰ ਕੁਛ ਨਹੀਂ ਮੰਗਣਾ। ਮਹਾਰਾਜ ਕਹਿੰਦੇ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਮਾਲਕ ਪੂਰਾ ਹੈ ਅਤੇ ਨਾਮ ਪੂਰਾ ਹੈ। ਨਾਮ ਕਿਉਂ ਪੂਰਾ ਹੈ? ਕਿਉਂਕਿ ਨਾਮ ਹੁੰਦੀ ਆਵਾਜ਼ ਆ, ਨਾਮ ਮਾਲਕ ਦੀ ਆਵਾਜ਼ ਆ। ਇਸ ਕਰਕੇ ਉਸ ਆਵਾਜ਼ ਨੂੰ ਅਨਹਦ ਕਹਿੰਦੇ ਹਾਂ ਆਪਾਂ, ਵਾਜੇ ਅਨਹਦ ਤੂਰੇ ਕਹਿੰਦੇ ਹਾਂ, ਅਨਹਦ ਸ਼ਬਦ ਕਹਿੰਦੇ ਹਾਂ, ਇਕੱਲਾ ਸ਼ਬਦ ਵੀ ਕਹਿੰਦੇ ਹਾਂ, ਨਾਮ ਵੀ ਕਹਿੰਦੇ ਹਾਂ, ਕਿੰਗਰੀ ਸ਼ਬਦ ਵੀ ਕਹਿੰਦੇ ਹਾਂ, ਅਨਹਦ ਬੀਨਾ ਵੀ ਕਹਿੰਦੇ ਹਾਂ, ਤਾਰ ਘੋਰ ਬਜੰਤਰ ਵੀ ਕਹਿੰਦੇ ਹਾਂ, ਪੰਜ ਸ਼ਬਦ ਵੀ ਕਹਿੰਦੇ ਹਾਂ, ਹਾਂਜੀ, ਬੜੇ ਨਾਵਾਂ ਨਾਲ ਪੁਕਾਰਿਆ ਗਿਆ। ਇਸ ਕਰਕੇ ਮਹਾਰਾਜ ਨੇ ਇਸ਼ਾਰਾ ਕੀਤਾ ਨਾ ਆਪਾਂ ਨੂੰ ਇਸ ਤਰ੍ਹਾਂ ਉੱਪਰ ਦਾ ਐਂ ਕਰਕੇ, ਵੀ ਮਾਲਕ ਇੱਕ ਆ। ਕੀ ਇਸ਼ਾਰਾ ਕੀਤਾ? ਗੁਰੂ ਨਾਨਕ ਦੇਵ ਜੀ ਦਾ, ਵੀ ਮਾਲਕ ਇੱਕ ਆ। ਅਤੇ ਨਾਲ ਇਹ ਵੀ ਕੀਤਾ ਉੱਪਰ ਆ, ਉਹ ਕਿੱਥੇ ਆ ਜੀ? ਆਪਣੇ ਸਰੀਰ ਦੀ ਸਭ ਤੋਂ ਉੱਚੀ ਜਗ੍ਹਾ 'ਤੇ ਆ। ਉਹ ਤਾਂ ਸਾਹਮਣੇ ਵੀ ਆ, ਉਹ ਤਾਂ ਜਰੇ ਜਰੇ ਵਿੱਚ ਆ, ਲੇਕਿਨ ਆਪਾਂ ਨੂੰ ਜਿਹੜਾ ਨਕਸ਼ਾ ਮਿਲਿਆ ਬ੍ਰਹਿਮੰਡ ਦਾ ਨਕਸ਼ਾ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ, ਮੇਰੇ ਮਨ ਨੂੰ ਆਹ ਨਕਸ਼ਾ ਮਿਲਿਆ, ਤੁਹਾਡੇ ਮਨਾਂ ਨੂੰ ਤੁਹਾਡੇ ਸਰੀਰ ਜਿਹੜੇ ਇਹ ਨਕਸ਼ੇ ਮਿਲਿਆ। ਮੇਰੇ ਮਨ ਨੇ ਇਹ ਨਕਸ਼ੇ ਦੀ ਉੱਚੀ ਜਗ੍ਹਾ 'ਤੇ ਸੁਰਤ ਲੈ ਕੇ ਜਾਣੀ ਹੈ, ਸ਼ਬਦ ਨੂੰ ਅੱਗੇ ਰੱਖ ਕੇ, ਅਨਹਦ ਸ਼ਬਦ ਨੂੰ ਅੱਗੇ। ਤੁਹਾਡੇ ਮਨ ਨੇ ਉੱਤੇ ਜਾਣਾ, ਸੁਰਤ ਨੂੰ ਉੱਪਰ ਲੈ ਕੇ ਜਾਣਾ, ਸ਼ਬਦ ਸੁਣ ਕੇ ਜਾਣਾ, ਸ਼ਬਦ ਨੂੰ ਅੱਗੇ ਰੱਖ ਕੇ ਜਾਣਾ, ਜਿਹਦੇ ਬਾਰੇ ਮਹਾਰਾਜ ਦੀ ਬਾਣੀ 'ਚ ਤੁਸੀਂ ਪੜ੍ਹਦੇ ਹੋ, ਰੱਬ ਕੀ ਰਜਾ ਮੰਨੇ, ਸਿਰ ਉੱਪਰ ਕਰਤਾ ਮੰਨੇ, ਆਪ ਗਵਾਵੇ। ਅਤੇ ਅੱਗੇ ਵੀ ਪੜ੍ਹਦੇ ਹੋ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਭਾਵੇ। ਸੱਚੀ ਮੁੱਚੀ ਦੇਖਣਾ ਵੀ ਤੂੰ ਹੈਗਾ ਉੱਤੇ ਕਿ ਨਹੀਂ। ਇੱਕ ਤਾਂ ਆਪਾਂ ਪੜ੍ਹ ਲਿਆ ਨਾ, ਸੁਣ ਲਿਆ, ਇੱਕ ਸੱਚੀ ਮੁੱਚੀ ਦੇਖਣਾ ਵੀ ਹੈ ਵੀ ਹੈਗਾ ਹੈਗਾ। ਅਤੇ ਜਦੋਂ ਆਪਣੀ ਅੱਖ ਬਣ ਜਾਂਦੀ ਹੈ ਤਾਂ ਫਿਰ ਉਹ ਦਿਸਦਾ। ਸੋ ਗੁਰਮੁਖ ਪਿਆਰਿਓ, ਸਮਾਂ ਕਲਾਸ ਦਾ ਹੋ ਗਿਆ ਜੀ।
ਸੋ ਗੁਰਮੁਖ ਪਿਆਰਿਓ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚੋਂ ਵਿਚਾਰ ਕੀਤੀ ਗਈ ਹੈ। ਵਿਚਾਰ ਕਰਦਿਆਂ ਤੋਂ ਕੋਈ ਨਾ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਜਾਂਦਾ। ਸੰਗਤ ਦੇ ਗੁਰੂ ਬਖਸ਼ਣਯੋਗ ਹੁੰਦੇ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।